ਅੱਜ ਆਪਾਂ ਸਿੱਖਣਾ ਆ ਅਸੀਂ ਆਪਣੇ ਗੁੱਸੇ ਤੋਂ ਕਿੱਦਾਂ ਨਜਾਤ ਪਾ ਸਕਦੇ ਹਾਂ ਤੁਹਾਨੂੰ ਪਤਾ ਐਸ ਵਿਸ਼ੇ ਤੇ ਕਾਹਤੇ ਸਿਖਾਉਣਾ ਕਹਿ ਕੇ ਮੇਰੇ ਨਾਲ 90% ਦੀ ਗੁੱਸਾ ਹੀ ਰਹਿੰਦੇ ਆ ਉਹਨਾਂ ਨੂੰ ਲੱਗਦਾ ਵੀ ਜਿੱਦਾਂ ਇਹਨੂੰ ਪਤਾ ਨਹੀਂ ਮੈਂ ਪਤਾ ਲਾ ਕੇ ਕੀ ਕਰਨਾ ਮੈਂ ਤਾਂ ਇਹ ਕਹਿੰਨੀ ਵੀ ਆਪਣਾ ਪਤਾ ਦੱਸੋ ਤਾਂ ਜੋ ਤੁਸੀਂ ਚੰਗੇ ਹੋਜਮੋ ਹallelujah ਸੋ ਸੱਚੀ ਸੱਚੀ ਤੁਸੀਂ ਦੱਸਣਾ ਆ ਐਨ ਸੱਚੀ ਸੱਚੀ ਕਰਕੇ ਆਪਾਂ ਇੱਕ ਗੱਲ ਤੇ ਯਕੀਨ ਕਰ ਲਿਆ ਕਿ ਪਰਮੇਸ਼ਵਰ ਜੀ ਦਾ ਤਖਤ ਇਸ ਜਗ੍ਹਾ ਤੇ ਲੱਗਿਆ ਹੋਇਆ ਆ ਤੇ ਹੁਣ ਸੱਚ ਸੱਚ ਦੱਸਿਓ ਵੀ ਕਿੰਨੇ ਜਣੇ ਆ ਜਿਨ੍ਹਾਂ ਨੂੰ ਗੁੱਸਾ ਬਾਲਾ ਹੀ ਆਉਂਦਾ ਮੇਰੇ ਤੇ ਨਹੀਂ ਉਦਾਂ ਹੀ ਗੁੱਸਾ ਬਾੜਾ ਹੀ ਆਉਂਦਾ ਖੇਜ ਬਹੁਤ ਆਉਣੀ ਨਿੱਕੀ ਜੀ ਗੱਲ ਹੁੰਦੀ ਜੀ ਕਰਦਾ ਬਸ ਇਹ ਕਰਕੇ ਗਲਾ ਘੁੱਟ ਦਿਆਂ ਕਿਸੇ ਦਾ ਜਿੰਨਿਆਂ ਨੇ ਤਾਂ ਹੱਥ ਖੜੇ ਕੀਤੇ ਵੀ ਸੱਚੀ ਗੱਲ ਆ ਪਰ ਬਾੜੇ ਹੈਗੇ ਆ ਜਿਨ੍ਹਾਂ ਦੇ ਗੜਬੜ ਹੈਗੀ ਆ ਪਰ ਹੱਥ ਨਹੀਂ ਖੜੇ ਪਰ ਇੱਕਦਾਂ ਦੱਸਦੀ ਆ ਵੀ ਅੱਜ ਜੇ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਮੰਨੋ ਤੇ ਛੱਡਣਾ ਚਾਹੋ ਤਾਂ ਇਤੋਂ छुटਕਾਰਾ ਹੋ ਜਾਣਾ ਹੁਣ ਦੱਸੋ ਕਿੰਨਿਆਂ ਨੂੰ ਆਉਂਦਾ ਗੁੱਸਾ ਵਧ ਵਧ ਰਹੀ ਗਿਣਤੀ ਹੈ ਨਾ ਕਈ ਕਈ ਕਹਿੰਦੇ ਪ੍ਰਭੂ ਤੂੰ ਤਾਂ ਦਿਲਾਂ ਨੂੰ ਜਾਣਨ ਵਾਲਾ ਦਿਲ ਵਾਲਾ ਹੱਥ ਖੜਾ ਹੀ ਆ ਸੋ ਪਲੀਜ਼ ਤੁਸੀਂ ਆਪਣੇ ਹੱਥ ਨੀਵੇਂ ਕਰ ਸਕਦੇ ਆ ਐਕਚੁਅਲੀ ਕੀ ਹੈ ਅਸਲ ਦੇ ਵਿੱਚ ਪਵਿੱਤਰ ਬਾਈਬਲ ਦੇ ਵਿੱਚ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਹੁਕਮ ਪ੍ਰੇਮ ਕਰਨਾ ਹੈ ਕਹਿੰਦਾ ਇੱਕ ਦੂਜੇ ਦੇ ਨਾਲ ਪ੍ਰੇਮ ਕਰੋ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਹੁਕਮ ਇਹੀ ਆ ਇੱਥੋਂ ਤੱਕ ਲਿਖਿਆ ਕਿ ਜੇ ਤੇਰੇ ਕੋਲ ਸਾਰੇ ਦੇ ਸਾਰੇ ਵਰਦਾਨ ਹੋਣ ਪਵਿੱਤਰ ਆਤਮਾ ਦੇ ਪਰ ਤੇਰੇ ਅੰਦਰ ਪ੍ਰੇਮ ਨਾ ਹੋਵੇ ਤਾਂ ਤੂੰ ਇੱਕ ਛਣਕਣੇ ਦੇ ਨਿਆਈ ਆ ਜਿਹੜਾ ਖਾਲੀ ਛਣਕਦਾ ਹੀ ਆ ਸੋ ਵਰਤਮਸਾਨੂੰ ਕਹਿੰਦਾ ਪ੍ਰੇਮ ਕਰੋ ਪਰ ਪ੍ਰੇਮ ਹੁੰਦਾ ਨਹੀਂ ਜਿੰਨੂੰ ਅਸੀਂ ਪ੍ਰੇਮ ਸਮਝਦੇ ਆ ਉਹ ਅਸਲ ਚ ਪ੍ਰੇਮ ਨਹੀਂ ਉਹ ਸਾਡੀ ਇੱਕ ਵਾਸਨਾ ਆ ਇੱਕ ਲਾਲਚ ਆ ਇੱਕ ਕਬਿਲਾਸ਼ਾ ਆ ਉਹ ਪ੍ਰੇਮ ਨਹੀਂ ਆ ਕਿਉਂਕਿ ਜਿਹੜਾ ਪ੍ਰੇਮ ਆ ਉਹ ਤਾਂ ਨਿਸ਼ਕਪਟਿਆ ਨਿਰਸਵਾਰਥਿਆ ਉਹਦੇ ਚ ਕੋਈ ਮਤਲਬ ਨਹੀਂ ਹੈਗਾ ਉਹਦੇ ਵਿੱਚ ਕੋਈ ਫੂਫੂ ਕਰਨਾ ਨਹੀਂ ਆ ਕੋਈ ਝਗੜਾ ਨਹੀਂ ਆ ਕੋਈ ਰੰਜਿਸ਼ ਨਹੀਂ ਆ ਕੋਈ ਨਰਾਜਗੀ ਨਹੀਂ ਆ ਜਦੋਂ ਅਸੀਂ ਪਹਿਲਾ ਹੀ ਹੁਕਮ ਪੂਰਾ ਨਹੀਂ ਕਰ ਪਾਉਂਦੇ ਤਾਂ ਹੀ ਜਿਹੜੇ ਅਗਲੇ ਹੁਕਮ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਵਿੱਚ ਅਸੀਂ ਜਿਹੜਾ ਆ ਪੂਰੇ ਨਹੀਂ ਉੱਤਰਦੇ ਸੋ ਪ੍ਰੇਮ ਕਿਉਂ ਨਹੀਂ ਸਾਡੇ ਤੋਂ ਕਰ ਹੁੰਦਾ ਕਿਉਂਕਿ ਵਚਨ ਦੇ ਵਿੱਚ ਇਦਾਂ ਲਿਖਿਆ ਵੀ ਆਪਣੇ ਗਵਾਂਡੀ ਨੂੰ ਵੀ ਆਪਣੇ ਜਿਹਾ ਪ੍ਰੇਮ ਕਰ ਫਿਰ ਕਹਿੰਦਾ ਜੇ ਤੈਨੂੰ ਕੋਈ ਗਾਲ ਕੱਢੇ ਤੈਨੂੰ ਕੋਈ ਸ਼ਰਾਪ ਦੇਵੇ ਤੇਰੇ ਨਾਲ ਕੋਈ ਦੁਰਵਚਨ ਕਰੇ ਤੇ ਤੂੰ ਉਹਨੂੰ ਆਸ਼ੀਸ਼ ਦੇ ਤੂੰ ਉਹਨੂੰ ਅਸੀਸ ਦੇ ਤੂੰ ਉਹਦੇ ਲਈ ਚੰਗਾਈ ਬੋਲ ਅਰ ਬਾਣੀ ਚ ਇਦਾਂ ਵੀ ਲਿਖਿਆ ਕਹਿੰਦਾ ਬੁਰਾਈ ਨੂੰ ਭਲਾਈ ਦੇ ਨਾਲ ਜਿੱਤ ਲਵੋ ਅਸੀਂ ਜਾਣਦੇ ਹਾਂ ਕਿ ਵਚਨ ਚੈਨ ਇਦਾਂ ਹੀ ਲਿਖਿਆ ਆ ਪਰ ਕਰ ਨਹੀਂ ਪਾਉਂਦੇ ਉਹਦਾ ਕੀ ਕਾਰਨ ਆ ਕਿਉਂ ਨਹੀਂ ਕਰ ਪਾਉਂਦੇ ਹਾਲਾਂਕਿ ਕਰਨਾ ਚਾਹੁੰਦੇ ਆ ਇਦਾਂ ਨਹੀਂ ਆ ਕਿ ਅਸੀਂ ਪ੍ਰੇਮ ਕਰਨਾ ਨਹੀਂ ਚਾਹੁੰਦੇ ਅਸੀਂ ਪ੍ਰੇਮ ਕਰਨਾ ਚਾਹੁੰਦੇ ਆ ਪਰ ਸਫਲ ਨਹੀਂ ਹੁੰਦੇ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਆ ਸਾਡੇ ਅੰਦਰ ਇੱਕ ਕੜਵਾਹਟ ਭਰੀ ਹੋਈ ਆ ਸਾਡੇ ਅੰਦਰ ਨਫ਼ਰਤ ਭਰੀ ਹੋਈ ਆ ਸਾਡੇ ਅੰਦਰ ਈਰਖਾ ਭਰੀ ਹੋਈ ਆ ਹੁਣ ਜੇ ਸਾਡੇ ਅੰਦਰ ਨਫ਼ਰਤ ਆ ਈਰਖਾ ਆ ਕੜਵਾਹਟ ਆ ਤਾਂ ਪ੍ਰੇਮ ਕਿਦਾਂ ਸੰਪੂਰਨ ਹੋ ਸਕਦਾ ਆ ਹੁਣ ਇੱਕੋ ਹੀ ਭਾਂਡਾ ਆ ਤੁਸੀਂ ਉਹਦੇ ਵਿੱਚ ਦੁੱਧ ਤੇ ਉਸੇ ਦੇ ਵਿੱਚ ਦਹੀਂ ਕਿਦਾਂ ਰੱਖ ਸਕਦੇ ਆ ਤੇ ਫਿਰ ਤੁਸੀਂ ਕਹੋ ਕਿ ਦੁੱਧ ਦਾ ਦੁੱਧ ਹੀ ਰਹਿ ਜਾਵੇ ਤੇ ਦਹੀਂ ਦਾ ਦਹੀਂ ਰਹਿ ਜਾਵੇ ਹੋ ਸਕਦਾ ਇਦਾਂ ਵੀ ਇੱਕੋ ਭਾਂਡੇ ਦੇ ਵਿੱਚ ਆਪਾਂ ਦੁੱਧ ਵੀ ਰੱਖ ਲਈਏ ਤੇ ਦਹੀਂ ਵੀ ਰੱਖ ਲਈਏ ਨਹੀਂ ਹੋ ਸਕਦਾ ਇਤੈ ਸਾਡੇ ਅੰਦਰ ਆ ਸਾਡਾ ਮਨ ਏਕਿਆ ਪਰ ਅਸੀਂ ਉਹਦੇ ਅੰਦਰ ਦੋਵੇਂ ਚੀਜ਼ਾਂ ਇਕੱਠੀਆਂ ਰੱਖੀਆਂ ਆ ਜਿਹੜਾ ਕਰਕੇ ਦੋਵੇਂ ਹੀ ਖਾਲਸ ਨਹੀਂ ਆ ਸੋ ਖਾਲਸ ਰੱਖਣ ਦੇ ਲਈ ਸਾਨੂੰ ਚੋਣ ਕਰਨੀ ਪੈਣੀ ਆ ਬੇ ਕਿਹੜੀ ਚੀਜ਼ ਸਾਡੇ ਅੰਦਰ ਹੋਣੀ ਚਾਹੀਦੀ ਆ ਤੇ ਚੋਣ ਅਸੀਂ ਕਿੱਦਾਂ ਕਰ ਸਕਦੇ ਆ ਪਵਿੱਤਰ ਵਚਨ ਦੇ ਦੁਆਰਾ ਕਰ ਸਕਦੇ ਆ ਡਿਸਾਈਡ ਤੇ ਕਰਨਾ ਪਊਗਾ ਨਾ ਕਿ ਅਸੀਂ ਰੱਖਣਾ ਕੀ ਅੰਦਰ ਅ ਡਿਸਾਈਡ ਕਰ ਸਕਦੇ ਆ ਅਸੀਂ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਰੱਖਣ ਦੇ ਲਈ ਅਲਾਉ ਕਰਦਾ ਆ ਸਾਨੂੰ ਅੰਦਰ ਰੱਖਣ ਦੇ ਲਈ ਵਚਨ ਕੀ ਕਿਹੜੀ ਗੱਲ ਨਾਲ ਸਹਿਮਤੀ ਪਾਉਂਦਾ ਆ ਕਿਹੜੀ ਚੀਜ਼ ਦੀ ਆਗਿਆ ਦਿੰਦਾ ਆ ਸੋ ਵਚਨ ਤਾਂ ਆਗਿਆ ਦਿੰਦਾ ਪ੍ਰੇਮ ਦੀ ਅਰ ਪ੍ਰੇਮ ਆ ਪਰਮੇਸ਼ਵਰ ਜੀ ਦਾ ਸੁਭਾਅ ਅਰ ਗੁੱਸਾ ਵੈਰੀ ਦਾ ਸੁਭਾਅ ਹੈ ਤੁਸੀਂ ਸੋਚੋ ਜਦੋਂ ਮਨੁੱਖ ਦੇ ਉੱਤੇ ਗੁੱਸਾ ਹਾਵੀ ਹੁੰਦਾ ਆ ਉਹਨੂੰ ਗੁੱਸਾ ਆ ਜਾਂਦਾ ਆ ਤਾਂ ਮਰੀਆਂ ਹੋਈਆਂ ਚੀਜ਼ਾਂ ਜਿਨ੍ਹਾਂ 'ਚ ਜਾਨ ਨਹੀਂ ਹੈਗੀ ਜਿਹੜੀਆਂ ਸੰਜੀਵ ਨਹੀਂ ਨਰਜੀਵ ਆ ਉਹਨਾਂ ਨੂੰ ਲੱਗਦਾ ਜਿੱਦਾਂ ਉਹ ਜ਼ਿੰਦਾ ਹੋ ਗਈਆਂ ਉਦਾਹਰਣ ਦੇ ਤੌਰ ਤੇ ਬੂਏ ਨੂੰ ਖਿੱਚ ਕੇ ਲੱਤ ਮਾਰਨੀ ਭਾਂਡਿਆਂ ਨੂੰ ਭੰਨਣਾ ਚੀਜ਼ਾਂ ਨੂੰ ਤੋੜ ਦੇਣਾ ਕੰਦਾਂ 'ਚ ਮੁੱਕੀਆਂ ਮਾਰਨੀਆਂ ਖਿੱਚ-ਖਿੱਚ ਕੇ ਸਮਾਨ ਸਿੱਟੀ ਜਾਣਾ ਟੇਬਲ ਤੇ ਕਾਪੀਆਂ ਕਿਤਾਬਾਂ ਮਾਰੀ ਜਾਣੀਆਂ ਝੋਲਾ ਕਮਾ ਕੇ ਸਿੱਟਣਾ ਤਦ ਤੁਸੀਂ ਸੋਚੋ ਨਾ ਦਰਵਾਜ਼ੇ ਨੂੰ ਦੁੱਖ ਲੱਗ ਰਿਹਾ ਜਾਂ ਕੁਰਸੀ ਵੀ ਚੱਕ ਕੇ ਮਾਰਤੀ ਨਾ ਉਹਨੂੰ ਦੁੱਖ ਲੱਗ ਰਿਹਾ ਜੇ ਟੈਲੀਵਿਜ਼ਨ ਵੀ ਤੋੜ ਦਿੱਤਾ ਤੇ ਉਹਨੂੰ ਥੋੜੀ ਪੀੜ ਹੋਈ ਜਦੋਂ ਮਨੁੱਖ ਗੁੱਸੇ ਵਿੱਚ ਹੁੰਦਾ ਉਹਨੂੰ ਲੱਗਦਾ ਕਿ ਜਦੋਂ ਉਹ ਕਿਸੇ ਨੂੰ ਦਰਦ ਦੇਊਗਾ ਤੇ ਉਹਦਾ ਦਰਦ ਘਟ ਜਾਊਗਾ ਜਦ ਕਿ ਉਹ ਗਲਤ ਸੋਚਦਾ ਹੈ ਜਦੋਂ ਅਸੀਂ ਕਿਸੇ ਨੂੰ ਦਰਦ ਦਿੰਨੇ ਆ ਦਰਦ ਘਟਦਾ ਨਹੀਂ ਦਰਦ ਵੱਧ ਜਾਂਦਾ ਆ ਤੁਸੀਂ ਕਿਸੇ ਨੂੰ ਦੁਰਵਚਨ ਬੋਲ ਕੇ ਦੇਖਿਆ ਹੋਊਗਾ ਕਈ ਵਾਰੀ ਮੂੰਹ ਚੋਂ ਨਿਕਲ ਜਾਂਦੇ ਆ ਜਾਂ ਜਾਣ ਕੇ ਵੀ ਕੱਢਦੇ ਆ ਕਿਸੇ ਦੇ ਨਾਲ ਆਪਾਂ ਗਲਤ ਵਿਹਾਰ ਕਰਦੇ ਗਲਤ ਬੋਲਦੇ ਆ ਤੇ ਕਿੰਨੀ ਕੁ ਮਨ ਨੂੰ ਸ਼ਾਂਤੀ ਆਉਂਦੀ ਹੈਗਾ ਕੋਈ ਬੰਦਾ ਜਿਹੜਾ ਕਵੇ ਵੀ ਮੈਂ ਅੱਜ 5-7 ਗਾਲਾਂ ਕੱਢੀਆਂ ਤੇ ਰੱਜ ਕੇ ਸੌਂ ਗਿਆ ਮਿੱਠੀ ਨੀਂਦ ਜਾਂ ਮੈਂ ਕਿਸੇ ਨੂੰ ਬੜੀਆਂ ਸੁਣਾਈਆਂ ਤੇ ਬੜੀ ਸ਼ਾਂਤੀ ਆ ਗਈ ਮੈਨੂੰ ਪਰ ਤੁਸੀਂ ਅਸ਼ਾਂਤ ਹੋ ਜੰਨੇ ਆ ਤੁਹਾਡੀ ਸ਼ਾਂਤੀ ਗਵਾਚ ਜਾਂਦੀ ਆ ਤੁਹਾਡਾ ਆਨੰਦ ਗਵਾਚ ਜਾਂਦਾ ਆ ਕਿਉਂਕਿ ਇੱਕ ਚੀਜ਼ ਹੀ ਅੰਦਰ ਰਹਿ ਸਕਦੀ ਆ ਤੇ ਆਪਾਂ ਪਵਿੱਤਰ ਵਚਨ ਦੇ ਵਿੱਚੋਂ ਦੇਖਦੇ ਆ ਕਿ ਪਵਿੱਤਰ ਵਚਨ ਆਪਾਂ ਨੂੰ ਕੀ ਦੱਸਦਾ ਆ ਆਪਾਂ ਦੇਖਦੇ ਆ ਜ਼ਬੂਰਾ ਦੀ ਕਿਤਾਬ ਉਸ ਦਾ 37 ਨੰਬਰ ਅਧਿਆਇ ਤੇ ਉਸ ਦੀ 8 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇ ਨਾ ਕੋੜ ਉਸ ਤੋਂ ਬੁਰੀਾਈ ਹੀ ਨਿਕਲਦੀ ਹੈ ਹallelujah ਸੋ ਵਚਨ ਕੀ ਦੱਸਦਾ ਕਹਿੰਦਾ ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇ ਨਾ ਕੋੜ ਉਸ ਤੋਂ ਬੁਰੀਾਈ ਹੀ ਨਿਕਲਦੀ ਹੈ ਸੋ ਵਚਨ ਸਾਨੂੰ ਦੱਸਦਾ ਕ੍ਰੋਧ ਨੂੰ ਛੱਡ ਦਿਓ ਗੁੱਸੇ ਨੂੰ ਛੱਡ ਦਿਓ ਕੋਪ ਨੂੰ ਛੱਡ ਦਿਓ ਕਿਉਂ ਕਰਕੇ ਉਹ ਬੁਰੀਆਂ ਚੀਜ਼ਾਂ ਨੂੰ ਜਨਮ ਦਿੰਦਾ ਆ ਕੈਸੀਆਂ ਬੁਰੀਆਂ ਚੀਜ਼ਾਂ ਨੂੰ ਜਨਮ ਦਿੰਦਾ ਗੁੱਸਾ ਆਉਣ ਦੀ ਦੇਰ ਆ ਉਹਨੇ ਲੜਾਈਆਂ ਝਗੜਿਆਂ ਨੂੰ ਜਨਮ ਦੇ ਦੇਣਾ ਉਹਨੇ ਗਲਤ ਫਹਿਮੀਆਂ ਨੂੰ ਜਨਮ ਦੇ ਦੇਣਾ ਉਹਨੇ ਰਿਸ਼ਤੇ ਤੋੜ ਦੇਣੇ ਆ ਉਹਨੇ ਉਦਾਸੀਆਂ ਨੂੰ ਜਨਮ ਦੇ ਦੇਣਾ ਉਹਨੇ ਚਿੰਤਾ ਨੂੰ ਜਨਮ ਦੇ ਦੇਣਾ ਪਰ ਜਿਹੜੀਆਂ ਚੰਗੀਆਂ ਚੀਜ਼ਾਂ ਆ ਉਹਨਾਂ ਨੂੰ ਉਹ ਕੱਢ ਦਿੰਦਾ ਆ ਉਹਨਾਂ ਨੂੰ ਉਹ ਖਰਾਬ ਕਰ ਦਿੰਦਾ ਆ ਸ਼ਾਂਤੀ ਜਾਂਦੀ ਰਹਿਣੀ ਆ ਚੈਨ ਜਾਂਦਾ ਰਹਿਣਾ ਸੁਖ ਜਾਂਦਾ ਰਹਿਣਾ ਆਰਾਮ ਜਾਂਦਾ ਰਹਿਣਾ ਪ੍ਰੇਮ ਜਾਂਦਾ ਰਹਿਣਾ ਕਰਕੇ ਕ੍ਰੋਧ ਚੋਂ ਕੋਪ ਚੋਂ ਬੁਰਾਈ ਨਿਕਲਦੀ ਆ ਫਰਜ਼ ਕਰੋ ਤੁਸੀਂ ਕਿਸੇ ਇੱਕ ਬੰਦੇ ਦੇ ਨਾਲ ਗੁੱਸੇ ਆ ਹਸਬੰਡ ਵਾਈਫ ਦੀ ਲੜਾਈ ਹੋਈ ਹੋਵੇ ਨਿਆਣੇ ਆਣ ਕੇ ਕੁਛ ਪੁੱਛਣ ਚਾਰ ਚਾਰ ਕੰਨਾਂ ਤੇ ਉਹਨਾਂ ਨੇ ਪੁੱਛਣਾ ਫਲਾਨੀ ਚੀਜ਼ ਕਿੱਥੇ ਪਈ ਆ ਮੈਨੂੰ ਨਹੀਂ ਪਤਾ ਕਿੱਥੇ ਪਈ ਆ ਤੁਸੀਂ ਰੱਖੀ ਹੁੰਦੀ ਆ ਤੁਹਾਨੂੰ ਕਿੱਦਾਂ ਨਹੀਂ ਪਤਾ ਪਰ ਕੀ ਹੋਇਆ ਤੁਹਾਡੇ ਅੰਦਰ ਗੁੱਸਾ ਆ ਗਿਆ ਹੁਣ ਤੁਸੀਂ ਕੀ ਵੰਡਣਾ ਸ਼ੁਰੂ ਕਰ ਦਿੱਤਾ ਆ ਗੁੱਸਾ ਹੀ ਵੰਡਣਾ ਸ਼ੁਰੂ ਕਰ ਦਿੱਤਾ ਹੁਣ ਨਿਆਣੇ ਨੂੰ ਗੁੱਸਾ ਆ ਜਾਣਾ ਉਹਨੇ ਕਿਹਾ ਮੈਂ ਇੰਨੇ ਪਿਆਰ ਨਾਲ ਮੰਮੀ ਕੋਲ ਗਿਆ ਸੀਗਾ ਮੈਂ ਤੇ ਜਾ ਕੇ ਕੁਝ ਵੀ ਨਹੀਂ ਇਦਾਂ ਦਾ ਕਿਹਾ ਸੀ ਮੈਂ ਤੇ ਜਾ ਕੇ ਇਦਾਂ ਹੀ ਕਿਹਾ ਵੀ ਮੰਮੀ ਜੀ ਫਲਾਨੀ ਚੀਜ਼ ਕਿੱਥੇ ਪਈ ਆ ਤੇ ਮੇਰੀ ਮਾਂ ਨੇ ਮੈਨੂੰ ਕਿਦਾਂ ਜਵਾਬ ਦਿੱਤਾ ਮੈਂ ਕਿੰਨੇ ਪਿਆਰ ਨਾਲ ਗਿਆ ਸੀ ਹੁਣ ਕੀ ਹੋਣਾ ਉਹਦੇ ਮਨ ਚ ਤੁਹਾਡੇ ਲਈ ਗੁੱਸਾ ਆ ਜਾਣਾ ਹੁਣ ਜਦੋਂ ਉਹਨੂੰ ਜੇ ਉਹ ਭਰਾ ਆ ਜਾਂ ਭੈਣ ਹੈ ਜਦੋਂ ਦੂਜੇ ਨਿਆਣੇ ਨੇ ਉਹਨੂੰ ਪੁੱਛਣਾ ਤੈਨੂੰ ਕੀ ਹੋਇਆ ਉਹਨੇ ਕਿਹਾ ਦਫਾ ਹੋ ਮੈਨੂੰ ਕੁਛ ਨਹੀਂ ਹੋਇਆ ਹੁਣ ਉਹਨੇ ਕੀ ਵੰਡਿਆ ਆ ਉਹਨੇ ਗਾਹ ਕੀ ਵੰਡ ਦਿੱਤਾ ਗੁੱਸਾ ਵੰਡ ਦਿੱਤਾ ਹੁਣ ਇੱਕ ਥਾਂ ਤੇ ਉਹ ਆਇਆ ਤੁਸੀਂ ਸੋਚੋ ਕਿੰਨੀਆਂ ਥਾਵਾਂ ਤੇ ਉਹ ਕੰਮ ਕਰਦਾ ਆ ਕਈ ਵਾਰੀ ਤੁਸੀਂ ਗੱਡੀ ਪਾਰਕਿੰਗ ਦੇ ਵਿੱਚ ਲਾਉਣੀ ਹੁੰਦੀ। ਉੱਥੇ ਥਾਂ ਨਹੀਂ ਮਿਲੀ ਫਰਜ਼ ਕਰੋ ਤੁਸੀਂ ਫਲੈਟ 'ਚ ਰਹਿਨੇ ਆ ਗੱਡੀ ਪਾਰਕਿੰਗ ਦੇ ਵਿੱਚ ਲਾਉਣੀ ਆ ਥਾਂ ਨਹੀਂ ਮਿਲੀ ਤੁਹਾਨੂੰ ਬਹੁਤ ਵੇਟ ਕਰਨੀ ਪਈ ਤੁਸੀਂ ਉਹਨੂੰ ਰਿਵਰਸ ਕਰਦੇ ਆ ਘੁਮਾ ਕੇ ਲਿਆਉਂਦੇ ਆ ਹੱਲੇ ਵੀ ਨਹੀਂ ਖਾਲੀ ਘਰੇ ਤੁਹਾਡੀ ਵਾਈਫ ਜਿਹੜੀ ਆ ਉਹ ਇੰਤਜ਼ਾਰ ਕਰ ਰਹੀ ਆ ਕਿਸੇ ਚੰਗੇ ਕੰਮ ਲਈ ਉਹ ਬਹੁਤ ਖੁਸ਼ ਆ ਕਿ ਅੱਜ ਤਾਂ ਮੈਂ ਜਨਾਬ ਦੇ ਮਨਪਸੰਦ ਦਾ ਖਾਣਾ ਬਣਾਇਆ ਆ ਤੇ ਉਹ ਤੁਹਾਡੀ ਵੇਟ ਕਰਦੀ ਆ ਜਿੱਦਾਂ ਹੀ ਉਹਨੇ ਡੋਰ ਖੋਲਿਆ ਉਨੇ ਤੁਹਾਨੂੰ ਵੇਸ਼ ਕੀਤਾ ਉਹਨੇ ਤੁਹਾਨੂੰ ਪਾਣੀ ਪੁੱਛਿਆ ਤੁਸੀਂ ਫੜੱਕ ਕਰਦੀ ਬੂਏ ਨੂੰ ਲੱਤ ਮਾਰੀ ਮੈਂ ਨਹੀਂ ਪਾਣੀ ਪੀਣਾ ਮੈਂ ਨਹੀਂ ਖਾਣਾ ਖਾਣਾ ਭਈ ਗੱਡੀ ਉਹਨੇ ਨਹੀਂ ਫੋਨ ਕੀਤਾ ਸੀਗਾ ਵੀ ਅੱਜ ਇਹਨੂੰ ਥਾਂ ਨਾ ਦਿਓ ਗੱਡੀ ਪਾਰਕ ਕਰਨ ਨੂੰ ਉਹਦੀ ਤਾਂ ਕੋਈ ਮਿਸਟੇਕ ਨਹੀਂ ਗੁੱਸਾ ਤੁਸੀਂ ਐਂਟਰ ਹੋਣ ਦਿੱਤਾ ਆਪਣੇ ਅੰਦਰ ਜੇ ਤੁਸੀਂ ਉਹਨੂੰ ਨਾ ਐਂਟਰ ਹੋਣ ਦਿੰਦੇ ਫੇ ਉਹਨੇ ਹੋਣਾ ਨਹੀਂ ਸੀ ਤੁਸੀਂ ਪ੍ਰੋਟੈਕਸ਼ਨ ਨਹੀਂ ਲੈਂਦੇ ਆਪਣੇ ਮਨ ਦੇ ਉੱਤੇ ਤੁਸੀਂ ਆਪਣੇ ਆਪ ਦੇ ਉੱਤੇ ਸੁਰੱਖਿਆ ਨੂੰ ਨਹੀਂ ਲੈਂਦੇ ਐ ਤਾਂ ਫਿਰ ਜਿਹੜੀ ਮਰਜ਼ੀ ਚੀਜ਼ ਤੁਹਾਡੇ ਅੰਦਰ ਐਂਟਰ ਕਰ ਜਾਂਦੀ ਫਿਰ ਤੁਸੀਂ ਕਹਿੰਦੇ ਦੁਸ਼ਟ ਵੜ ਗਿਆ ਸਾਡੇ ਅੰਦਰ ਜੇ ਤੁਸੀਂ ਗੁੱਸਾ ਵੜਨੋਂ ਨਹੀਂ ਰੋਕ ਸਕਦੇ ਤੁਸੀਂ ਸ਼ੈਤਾਨ ਨੂੰ ਕਿੱਦਾਂ ਰੋਕ ਸਕਦੇ ਆ ਜੇ ਤੁਸੀਂ ਗਲਤ ਫਹਿਮੀਆਂ ਨੂੰ ਵੜਨੋਂ ਆਪਣੇ ਅੰਦਰੋਂ ਨਹੀਂ ਰੋਕ ਸਕਦੇ ਤੁਸੀਂ ਵੈਰੀ ਨੂੰ ਕਿੱਦਾਂ ਰੋਕ ਸਕਦੇ ਆ ਸੋ ਫਸਟ ਆਫ ਆਲ ਸਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਪ੍ਰੋਟੈਕਸ਼ਨ ਸਿੱਖਣੀ ਪਊਗੀ ਵੀ ਅਸੀਂ ਕਿੱਦਾਂ ਪ੍ਰੋਟੈਕਟਰ ਰਹਿਣਾ ਹੈ ਨਹੀਂ ਪਾਰਕਿੰਗ ਦੇ ਵਿੱਚ ਥਾਂ ਮਿਲੀ ਸੋ ਵੱਟ ਸਾਈਡ ਤੇ ਗੱਡੀ ਲਗਾ ਲਓ ਸ਼ੁਕਰ ਕਰੋ ਪ੍ਰਭੂ ਦਾ ਕਿ ਪ੍ਰਭੂ ਤੈਮੈਨੂੰ ਟਾਈਮ ਦਿੱਤਾ ਸੋ ਜੇ 2 ਮਿੰਟ ਮੇਰੇ ਕੋਲ ਹੈਗੇ ਆ ਚੱਲ ਆਪਾਂ ਪ੍ਰਾਰਥਨਾ ਕਰਦੇ ਆਂ ਜੇ 2 ਮਿੰਟ ਹੈਗੇ ਕਿਸੇ ਨੂੰ ਫੋਨ ਹੀ ਕਰ ਲਓ ਸੋ ਤੁਸੀਂ ਆਪਣੇ ਟਾਈਮ ਨੂੰ ਕਿਦਾਂ ਯੂਜ਼ ਕਰਨਾ ਆ ਇਹਦੀ ਬਜਾਏ ਕਿ ਪਾ ਪਾ ਟੀ ਟੀ ਤੇ ਘਰੇ ਆਣ ਕੇ ਪੰਨ ਤੋੜ ਹੁਣ ਤੁਹਾਨੂੰ ਲੱਗਦਾ ਹੋਊਗਾ ਚਰਚ ਵਿੱਚ ਅਸੀਂ ਆ ਚੀਜ਼ਾਂ ਸਿੱਖਣ ਨੂੰ ਆਉਂਦੇ ਆਂ ਬਿਲਕੁਲ ਤੁਸੀਂ ਇਹੀ ਚੀਜ਼ਾਂ ਸਿੱਖਣ ਨੂੰ ਆਉਂਦੇ ਆ ਜੇ ਸਾਡਾ ਸੁਭਾਅ ਚੰਗਾ ਨਹੀਂ ਹੋਊਗਾ ਜੇ ਸਾਨੂੰ ਦੁਨੀਆਂ 'ਚ ਵਿਚਰਨਾ ਨਹੀਂ ਆਊਗਾ ਜੇ ਸਾਨੂੰ ਆਤਮਕ ਜੀਵਨ ਜੀਣਾ ਨਹੀਂ ਆਊਗਾ ਸਾਨੂੰ ਆਤਮਕ ਸੁਰੱਖਿਆ ਕਰਨੀ ਨਹੀਂ ਆਊਗੀ ਫਿਰ ਅਸੀਂ ਕਿੱਦਾਂ ਚੰਗੇ ਚੇਲੇ ਬਣਾਂਗੇ ਕਿੱਦਾਂ ਅਸੀਂ ਸਫਲ ਹੋਵਾਂਗੇ ਜੇ ਇਹ ਚੀਜ਼ਾਂ ਸਿੱਖਣੀਆਂ ਜ਼ਰੂਰੀ ਨਾ ਹੋਣ ਤਾਂ ਫਿਰ ਵਚਨ ਕਿਉਂ ਕਹਿੰਦਾ ਆ ਵੀ ਕ੍ਰੋਧ ਨੂੰ ਛੱਡ ਕਿਉਂ ਕਹਿੰਦਾ ਮਤਲਬ ਸਾਨੂੰ ਛੱਡਣ ਦੀ ਜ਼ਰੂਰਤ ਆ ਔਰ ਕਈ ਵਾਰੀ ਸਾਨੂੰ ਐਗਜ਼ੈਂਪਲਸ ਦੇ ਬਿਨਾ ਸਮਝ ਨਹੀਂ ਆਉਂਦੀ ਸਾਨੂੰ ਲੱਗਦਾ ਮੈਨੂੰ ਕਦੋਂ ਗੁੱਸਾ ਆਉਂਦਾ ਪਰ ਜਦੋਂ ਤੁਹਾਨੂੰ ਇਦਾਂ ਦੱਸੀਏ ਵੀ ਫਲਾਨੀ ਥਾਂ ਤੇ ਇਦਾਂ ਹੋ ਜਾਂਦਾ ਫਿਰ ਤੁਹਾਨੂੰ ਲੱਗਦਾ ਮੈਂ ਵੀ ਕਦੀ ਕਦੀ ਇਦਾਂ ਹੀ ਕਰਦਾ ਆਂ ਫਿਰ ਚੇਤਾ ਆ ਜਾਂਦਾ ਸੋ ਵਚਨ ਆਪਾਂ ਨੂੰ ਇਦਾਂ ਹੀ ਦੱਸਦਾ ਕ੍ਰੋਧ ਨੂੰ ਛੱਡ ਕੋਪ ਨੂੰ ਤਿਆਗ ਸੋ ਜਦੋਂ ਗੁੱਸਾ ਆਉਣ ਲੱਗਦਾ ਆ ਆਪਾਂ ਉਦੋਂ ਹੀ ਕਹਿਣਾ ਪਰਮੇਸ਼ਰ ਨੇ ਮੈਨੂੰ ਸ਼ਾਂਤੀ ਦਿੱਤੀ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਜਦੋਂ ਅਸਮਾਨ ਨੂੰ ਉਠਾ ਲੈ ਜਾ ਰਹੇ ਸੀ ਉਹਨੇ ਕੀ ਕਿਹਾ ਕਹਿੰਦਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਆ ਸੋ ਉਹਦੀ ਸ਼ਾਂਤੀ ਇੰਨੀ ਕਮਜ਼ੋਰ ਨਹੀਂ ਆ ਬਈ ਨਿੱਕੀ ਜਾਈ ਗੱਲ ਦੇ ਗਵਾਚ ਜਵੇ ਬਈ ਗਵਾਂਡੀ ਗਵਾਂਡੀ ਨੂੰ ਸੱਦਾ ਦਿੱਤਾ ਸੀ ਉਹ ਸਾਡੇ ਨਿਆਣੇ ਦੇ ਜਨਮ ਦਿਨ ਤੇ ਨਹੀਂ ਆਇਆ ਹਾ ਲਾ 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 ਬਸ ਇੰਨੀ ਕਮਜ਼ੋਰ ਸ਼ਾਂਤੀ ਨਹੀਂ ਆ ਪ੍ਰਭੂ ਯੀਸੂ ਮਸੀਹ ਦੀ ਜੇ ਪ੍ਰਭੂ ਯੀਸੂ ਮਸੀਹ ਜੀ ਦੀ ਸ਼ਾਂਤੀ ਤੁਹਾਡੇ ਅੰਦਰ ਫੰਕਸ਼ਨ ਫਿਨਿਸ਼ ਹੋਣ ਦੇ ਬਾਅਦ ਤੁਸੀਂ ਉਹਦੇ ਘਰ ਜਾਣਾ ਭੈਣ ਜੀ ਤੁਸੀਂ ਠੀਕ ਆ ਭਾਜੀ ਤੁਸੀਂ ਠੀਕ ਆ ਮੈਂ ਕਿਹਾ ਤੁਹਾਡੀ ਖਬਰ ਲੈ ਕੇ ਆਵਾਂ ਵੀ ਤੁਸੀਂ ਆਏ ਨਹੀਂ ਤੁਸੀਂ ਸਿਹਤ ਚ ਠੀਕ ਆ ਘਰ ਚ ਸਭ ਕੁਝ ਠੀਕ ਆ ਕਰਕੇ ਪਰਮੇਸ਼ਵਰ ਦੀ ਸ਼ਾਂਤੀ ਹੈ ਨਾ ਉਹ ਬਹੁਤ ਵੱਡੀ ਆ ਉਹ ਦੂਜੇ ਦਾ ਵੀ ਹਾਲਚਾਲ ਪੁੱਛਦੀ ਆ ਇਹਦੇ ਬਜਾਏ ਕਿ ਅਸੀਂ ਅੱਗ ਬਬੂਲਾ ਹੋ ਜਾਈਏ ਮੇਰੇ ਮੁੰਡੇ ਦਾ ਵਿਆਹ ਸੀ ਇਹਦੇ ਨਾਨਕਿਆਂ ਨੇ ਦੋ ਹੀ ਸੂਟ ਦਿੱਤੇ ਉਹਨਾਂ ਦੇ ਪੰਜ ਬਣਦੇ ਸੀ ਮਾਸੀ ਨੇ ਸगन ਮੈਂ ਉਹਦੇ ਮੁੰਡੇ ਦੇ ਵਿਆਹ ਤੇ 11000 ਦਿੱਤਾ ਉਹ 2100 ਪਾ ਕੇ ਚਲੇਗੀ ਗੁੱਸੇ ਹੋਈ ਜਾਣਾ ਹੁਣ ਭੈਣ ਨੂੰ ਫੋਨ ਨਹੀਂ ਕਰਨਾ ਭੈਣ ਦੇ ਨਾਲ ਵਰਤਨਾ ਨਹੀਂ ਪਿੱਕੇ ਛੱਡਦੇ ਨੇ ਕਰਕੇ ਉਹਨਾਂ ਨੇ ਸੂਟ ਨਹੀਂ ਦਿੱਤੇ ਇੰਨੀ ਛੋਟੀ ਸ਼ਾਂਤੀ ਆ ਮੇਰੇ ਯਸੂਦੀ ਕਿਉਂ ਨਹੀਂ ਅੰਡਰਸਟੈਂਡ ਕਰਦੇ ਕਿ ਪਤਾ ਨਹੀਂ ਉਹਦੀ ਕੀ ਮਜਬੂਰੀ ਰਹੀ ਹੋਊਗੀ ਕਿਉਂ ਕਿਉਂ ਨਹੀਂ ਦੇ ਸਕਿਆ ਕਿਉਂ ਨਹੀਂ ਪ੍ਰਾਰਥਨਾ ਕਰਦੇ ਕਿ ਪ੍ਰਭੂ ਤੋਹਨੂੰ ਇੰਨਾ ਦੇ ਕਿ ਉਹਦੇ ਕੋਲ ਕਿਸੇ ਚੰਗੀ ਚੀਜ਼ ਦੀ ਕਮੀ ਨਾ ਹੋਏ ਕੁਝ ਤਾਂ ਦਿੱਕਤ ਰਹੀ ਹੋਊਗੀ ਨਾ ਉਹਨਾਂ ਦੇ ਘਰ ਵਿੱਚ ਕਿ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਉਹ ਪਹਿਲਾਂ ਲੋਨ ਚੱਕਦੇ ਤੇ ਫਿਰ ਤੁਹਾਡੇ ਸੱਤ ਸੂਟ ਪੂਰੇ ਕਰਕੇ ਲਿਆਉਂਦੇ ਤਾਂ ਸਾਨੂੰ ਅੰਡਰਸਟੈਂਡ ਕਰਨਾ ਚਾਹੀਦਾ ਛੋਟੀਆਂ-ਛੋਟੀਆਂ ਗੱਲਾਂ ਤੇ ਕ੍ਰੋਧ ਨਹੀਂ ਕਰਨਾ ਚਾਹੀਦਾ ਚਰਚ ਦੇ ਵਿੱਚ ਆਉਨੇ ਆ ਸੇਵਾਦਾਰ ਨੇ ਮੈਨੂੰ ਕਿਹਾ ਇੱਥੇ ਨਹੀਂ ਬਹਿਣਾ ਫਲਾਨੇ ਥਾਂ ਤੇ ਬੈਠੋ ਹੋ ਸਕਦਾ ਸੇਵਾਦਾਰ ਤੁਹਾਨੂੰ ਕਹਿਣ ਕਿ ਬੱਚਿਆਂ ਵਾਲੇ ਪਿੱਛੇ ਬੈਠੋ ਅਸੀਂ ਤਾਂ ਪਹਿਲਾਂ ਆਏ ਅਸੀਂ ਕਿਉਂ ਪਿੱਛੇ ਬੈਠੀਏ ਬੱਚੇ ਤਾਂ ਪ੍ਰਭੂ ਨੇ ਦਿੱਤੇ ਅਸੀਂ ਕਿਉਂ ਪਿੱਛੇ ਬੈਠੀਏ ਤਾਂ ਗੁੱਸਾ ਆ ਜਣਾ ਸੇਵਾਦਾਰ ਤੇ ਤਫੇ ਖੜੇ ਹੋ ਕੇ ਤੂੰ ਡੀਸੀ ਲੱਗਿਆ ਵਰਦੀ ਪਾ ਲਈ ਇਹਦਾ ਮਤਲਬ ਇਹ ਥੋੜੀ ਵੀ ਤੂੰ ਡੀਸੀ ਲੱਗਿਆ ਆ ਸੇਵਾਦਾਰ ਸੇਵਾਦਾਰ ਬਣ ਕੇ ਰਹਿ ਮੈਂ ਤਾਂ ਪਾਸਟਰ ਨੂੰ ਜਾਣਦਾ ਆ ਪਾਸਟਰ ਨੀਨੂ ਮੈਂ ਜਾਣਦੀ ਆ ਉਹ ਤਾਂ ਮੈਨੂੰ ਮਿਲਦੇ ਆ ਮੈਂ ਤੇਰੀ ਕੰਪਲੇਨ ਕਰੂ ਇੰਨੀ ਕਮਜ਼ੋਰ ਸ਼ਾਂਤੀ ਕਿ ਬਸ ਉਹਨੇ ਹੱਥ ਬੰਨ ਕੇ ਬੇਨਤੀ ਕੀਤੀ ਕਿ ਬੱਚਾ ਲੈ ਕੇ ਪਿੱਛੇ ਚਲ ਜੋ ਤੇ ਸਾਡੀ ਸ਼ਾਂਤੀ ਗਵਾਚ ਗਈ ਉਹ ਵੀ ਪਰਮੇਸ਼ਵਰ ਦੇ ਘਰ ਦੇ ਵਿੱਚ ਸਾਨੂੰ ਅੰਡਰਸਟੈਂਡ ਕਰਨਾ ਚਾਹੀਦਾ ਆ ਕਿ ਬੱਚਾ ਕਦੀ ਰੋ ਸਕਦਾ ਕਦੀ ਉਹਨੂੰ ਭੁੱਖ ਲੱਗ ਸਕਦੀ ਕਦੀ ਉਹਨੇ ਵਾਸ਼ਰੂਮ ਜਾਣਾ ਹੋ ਸਕਦਾ ਨੈਪੀ ਚੇਂਜ ਕਰਨੀ ਹੋ ਸਕਦੀ ਸਾਨੂੰ ਪਿੱਛੇ ਬੈਠਣਾ ਚਾਹੀਦਾ ਤਾਂ ਜੋ ਪਰਮੇਸ਼ਵਰ ਦਾ ਵਚਨ ਸੁਣਨ ਵਾਲੇ ਹੋਰ ਕਿਸੇ ਨੂੰ ਸਾਡੇ ਕਰਕੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਏ ਤੇ ਸਾਨੂੰ ਪਹਿਲਾਂ ਹੀ ਇਸ ਤਰੀਕੇ ਦੇ ਨਾਲ ਇਹ ਵੀ ਇੱਕ ਸੇਵਾ ਆ ਕਿ ਅਸੀਂ ਕਿਸੇ ਦੇ ਲਈ ਰੁਕਾਵਟ ਨਾ ਬਣੀਏ ਕਿਸੇ ਦੇ ਲਈ ਅਸੀਂ ਸੋਰਸ ਬਣੀਏ ਕਿ ਉਹ ਕੁਝ ਸਿੱਖੇ ਉਹ ਕੁਝ ਸਮਝੇ ਤਾਂ ਇੱਕ ਤੁਸੀਂ ਸੇਵਾ ਕਰਦੇ ਹੋ ਅਗਰ ਤੁਸੀਂ ਕਿਸੇ ਡਿਸਟਰਬੈਂਸ ਨੂੰ ਦੂਰ ਕਰਦੇ ਹੋ ਤਾਂ ਇੱਕ ਸੇਵਾ ਆ ਤੁਸੀਂ ਸੋਚੋ ਨਾ ਉਹ ਬਿਨਾਂ ਸੈਲਰੀ ਦੇ ਸਾਰਾ ਦਿਨ ਖੜੇ ਰਹਿੰਦੇ ਆ ਤੁਹਾਡੀ ਸੇਵਾ ਦੇ ਲਈ ਤਾਂ ਅਸੀਂ ਉਹਨਾਂ ਦੇ ਨਾਲ ਕਈ ਵਾਰੀ ਕ੍ਰੋਧ ਚ ਹੋ ਜਾਂਦੇ ਆ ਕਈ ਵਾਰੀ ਅਸੀਂ ਬੱਸਾਂ ਦੇ ਵਿੱਚ ਇਕਿਆਂ ਦੇ ਨਾਲ ਲੜਾਉਂਦੇ ਆ ਤਾਂ ਇਹ ਸਾਨੂੰ ਮਸੀਹੀ ਸੁਭਾਅ ਜਿਹੜਾ ਆ ਨਾ ਇਹ ਮਸੀਹੀ ਸੁਭਾਅ ਦੇ ਲੱਛਣ ਨਹੀਂ ਆ ਪਰਮੇਸ਼ਵਰ ਜੀ ਨੇ ਸਾਨੂੰ ਆਪਣੇ ਸੁਭਾਅ ਤੇ ਬਣਾਇਆ ਆ ਅਸੀਂ ਨਜ਼ਰ ਆਉਣੇ ਚਾਹੀਦੇ ਪਰਮੇਸ਼ਵਰ ਦੇ ਸੁਭਾਅ ਦੇ ਉੱਤੇ ਕੋਈ ਸਾਡੇ ਨੇੜੇ ਆਵੇ ਮੱਥੇ ਤੇ ਤੀੜੀਆਂ ਨਾ ਹੋਣ ਉਹਦੇ ਉਹ ਡਿਲੀਵਰ ਹੋ ਜੇ ਉਹਦਾ ਸਾਰਾ ਗੁੱਸਾ ਜਾਂਦਾ ਰਹੇ ਉਹ ਪੋਜ਼ਿਟਿਵ એનર્ਜੀ ਦੇ ਨਾਲ ਭਰ ਜਵੇ ਜਦੋਂ ਕੋਈ ਦੁਖੀ ਸਾਡੇ ਲੱਗੇ ਆਣ ਕੇ ਬੈਠੇ ਉਹਨੂੰ ਇਹ ਨਾ ਸਿਕਈਏ ਮੈਂ ਤੇ ਆਪ ਬਥੇਰਾ ਦੁਖੀ ਤੇਰੇ ਲਈ ਮੈਂ ਕੀ ਕਰਾਂ ਉਹਨੂੰ ਕਹੋ ਮੇਰਾ ਪਰਮੇਸ਼ਵਰ ਬਹੁਤ ਸ਼ਾਂਤੀ ਵੰਡਦਾ ਆ ਚਲ ਆਪਾਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਨੇ ਤੇਰੇ ਸਾਰੇ ਦੁੱਖ ਦਿਲਦਰ ਘੱਟ ਦੇਣੇ ਆ ਸਾਨੂੰ ਨਰਾਜ ਨਹੀਂ ਹੋਣਾ ਕਈ ਵਰੀ ਹੋ ਸਕਦਾ ਤੁਸੀਂ ਬਾਰ ਬਾਰ ਕਿਸੇ ਇੱਕ ਹੀ ਗੱਲ ਨੂੰ ਕਰ ਰਹੇ ਹੋਮੋ ਤੁਹਾਨੂੰ ਕੋਈ ਸਮਝਾ ਰਿਹਾ ਹੋਵੇ ਔਰ ਤੁਸੀਂ ਸਮਝ ਨਾ ਰਹੇ ਹੋਮੋ ਤੇ ਫਿਰ ਤੁਸੀਂ ਗੁੱਸੇ ਹੋ ਜਾਓ ਨਹੀਂ ਮੈਂ ਇਹਦੇ ਮੱਥੇ ਨਹੀਂ ਲੱਗਣਾ ਮੈਂ ਇਹਦੇ ਨਾਲ ਬੋਲਣਾ ਨਹੀਂ ਤੁਹਾਨੂੰ ਪਤਾ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਧਰਮੀ ਦਾ ਝੜਕਣਾ ਮੇਰੇ ਸਿਰ ਦੇ ਲਈ ਤੇਲ ਆ ਮੇਰੇ ਲਈ ਜੀਵਨ ਆ ਜੇ ਕੋਈ ਪਰਮੇਸ਼ਵਰ ਦਾ ਬੰਦਾ ਪਰਮੇਸ਼ਵਰ ਦਾ ਚੁਣਿਆ ਹੋਇਆ ਪਰਮੇਸ਼ਵਰ ਦਾ ਦਾਸ ਕੋਈ ਪ੍ਰਾਰਥਨਾ ਜੋਦਾ ਕੋਈ ਅਕਲ ਵਾਲਾ ਬੰਦਾ ਜਦੋਂ ਸਾਨੂੰ ਛਿੜਕਦਾ ਆ ਕਿਸੇ ਬੁਰੇ ਕੰਮ ਤੋਂ ਤਾਂ ਸਾਨੂੰ ਨਰਾਜ ਨਹੀਂ ਹੋਣਾ ਕਿਉਂਕਿ ਵਚਨ ਚ ਕੀ ਲਿਖਿਆ ਕਹਿੰਦਾ ਉਹਦਾ ਝੜਕਣਾ ਮੇਰੇ ਸਿਰ ਦੇ ਲਈ ਤੇਲ ਆ ਉਹ ਇੱਕ ਐਨੋਇੰਟਿੰਗ ਆ ਕਿ ਉਹਨੇ ਮੈਨੂੰ ਇੱਕ ਬੁਰੀ ਗੱਲ ਤੋਂ ਰੋਕਿਆ ਤੇ ਮੈਨੂੰ ਚੰਗੀ ਗੱਲ ਦੱਸੀ ਆ ਹallelujah ਸੋ ਅਸਲ ਵਿੱਚ ਸਾਨੂੰ ਦੁਖੀ ਕੌਣ ਕਰਦਾ ਆ ਅਸੀਂ ਖੁਦ ਜੇ ਅਸੀਂ ਐਦਾਂ ਮਨ ਬਣਾ ਲੀਏ ਅਸੀਂ ਦੁਖੀ ਨਹੀਂ ਹੁਣ ਜੇ ਸਾਨੂੰ ਕੋਈ ਝਿੜਕੂਗਾ ਅਸੀਂ ਉਹਦੇ ਝਿੜਕਣੇ ਚੋਂ ਸਿੱਖ ਲੈਣਾ ਆ ਵੀ ਉਹਨੇ ਕਾਹ ਤੋਂ ਝੜਕਿਆ ਦੁਬਾਰਾ ਤੋਂ ਉਹ ਗਲਤੀ ਨਹੀਂ ਕਰਨੀ ਪਰ ਨਵੀਂ ਵੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਸੋ ਫੇ ਕੀ ਹੋਣਾ ਆਪਾਂ ਦੁਖੀ ਹੁਣੋਂ ਹਟ ਜਾਣਾ ਆ ਸੋ ਕਈ ਵਾਰੀ ਆਪਾਂ ਨੂੰ ਐਦਾਂ ਲੱਗਦਾ ਸ਼ੈਤਾਨ ਨੇ ਮੈਨੂੰ ਬਹੁਤ ਦੁਖੀ ਕੀਤਾ ਆ ਬਹੁਤ ਵਰੀ ਉਹਦਾ ਕੋਈ ਹੱਥ ਨਹੀਂ ਹੁੰਦਾ ਬਹੁਤ ਵਰੀ ਉਹ ਸਾਡੇ ਤੋਂ ਦੁਖੀ ਹੁੰਦਾ ਆਲਰੇਡੀ ਵੀ ਬਿਨਾ ਮਤਲਬ ਦੇ ਮੇਰਾ ਝੂਠਾ ਹੀ ਨਾ ਲਾਈ ਜਾਂਦੇ ਮੈਂ ਤਾਂ ਕੀਤਾ ਹੀ ਨਹੀਂ ਉਦਾਂ ਹੀ ਕਹੀ ਜਾਂਦੇ ਆ ਉਹ ਕਰਦਾ ਆ ਉਹ ਮੌਕਾ ਭਾਲਦਾ ਆ ਬੜਾ ਚਤਰਾ ਆ ਉਹ ਹਰ ਇੱਕ ਛੋਟੇ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਆ ਪਰ ਉਹਨੂੰ ਮੌਕਾ ਦਿੰਦਾ ਕੌਣ ਆ ਫਰਜ਼ ਕਰੋ ਕਿਸੇ ਨੇ ਸਾਡੇ ਨਾਲ ਅਬਿਊਜ਼ ਲੈਂਗੁਏਜ ਯੂਜ਼ ਕੀਤੀ ਗਲਤ ਬੋਲਿਆ ਕਿਸੇ ਨੇ ਸਾਨੂੰ ਜੇ ਅਸੀਂ ਚੁੱਪ ਕਰ ਰਹੀਏ ਫੇਰ ਕੀ ਹੋਣਾ ਹੈ ਖਤਮ ਹੋ ਜਾਣਾ ਉੱਥੇ ਹੀ ਸਿਸਟਮ ਲੜਾਈ ਝਗੜੇ ਦਾ ਤੇ ਜੇ ਅਸੀਂ ਜਵਾਬ ਦੇ ਦਿੱਤਾ ਤੇ ਗੜਬੜ ਵੱਧ ਗਈ ਹੁਣ ਗੜਬੜ ਵਧਾਉਣ ਵਾਲਾ ਕੌਣ ਸੀਗਾ ਆਪਾਂ ਹੀ ਸੀਗੇ ਸੋ ਇਸ ਲਈ ਸਾਨੂੰ ਪਰਮੇਸ਼ਵਰ ਦਾ ਵਚਨ ਇਦਾਂ ਹੀ ਦੱਸਦਾ ਕਹਿੰਦਾ ਸੁਣਨ ਵਿੱਚ ਕਾਲੇ ਤੇ ਬੋਲਣ ਵਿੱਚ ਧੀਰੇ ਹੋਵੋ ਸੋ ਇਹ ਛੋਟੀਆਂ ਗੱਲਾਂ ਆ ਪਰ ਜੇ ਤੁਸੀਂ ਇਹਨੂੰ ਆਪਣੀ ਲਾਈਫ ਦੇ ਵਿੱਚ ਲੈ ਲਵੋਗੇ ਤੁਸੀਂ ਇੱਕ ਵੱਡੀ ਅਨੋਇੰਟਿੰਗ ਨੂੰ ਲੈ ਸਕਦੇ ਆ ਆਪਣੀ ਲਾਈਫ ਦੇ ਵਿੱਚ ਬਹੁਤ ਵੱਡੀ ਅਨੋਇੰਟਿੰਗ ਨੂੰ ਲੈ ਸਕਦੇ ਆ ਕਿਉਂਕਿ ਜਦੋਂ ਮਨ ਦੇ ਵਿੱਚੋਂ ਗੁੱਸਾ ਨਿਕਲ ਜਾਊਗਾ ਮਨ ਦੇ ਵਿੱਚੋਂ ਕਰੋਧ ਨਿਕਲ ਜਾਊਗਾ ਸ਼ਾਂਤੀ ਆ ਜਾਊਗੀ ਮਨ 'ਚ ਖੁਸ਼ੀ ਆ ਜਾਊਗੀ ਫਿਰ ਕੀ ਕਹਿੰਦੇ ਹੁੰਦੇ ਸਦਾ ਦੀਵਾਲੀ ਸਾਧ ਦੀ ਤੇ ਚਤੋਂ ਪੈਰ ਬਸੰਤ ਫਿਰ ਸਾਡੇ ਲਈ ਸਦਾ ਹੀ ਫੈਸਟੀਵਲ ਆ ਹਮੇਸ਼ਾ ਹੀ ਸਾਡੇ ਲਈ ਤਿਉਹਾਰਾਂ ਵਰਗਾ ਮੌਸਮ ਹੈ ਕਿਉਂ ਕਿ ਸਾਡਾ ਤਾਂ ਮਨ ਖੁਸ਼ ਹੈ ਲੋਕੀ ਤਾਂ ਸਾਲ ਦੇ ਵਿੱਚ ਕੋਈ ਤਿਉਹਾਰ ਆਉਂਦਾ ਉਦੋਂ ਖੁਸ਼ ਹੁੰਦੇ ਕਿ ਅਸੀਂ ਸੈਲੀਬ੍ਰੇਟ ਕਰਨਾ ਜਦ ਅਸੀਂ 올 ਦਾ ਟਾਈਮ ਖੁਸ਼ ਹਾਂ 올 ਦਾ ਟਾਈਮ ਸੈਲੀਬ੍ਰੇਟ ਕਰੋ ਹਰ ਪਲ ਨੂੰ ਸੈਲੀਬ੍ਰੇਟ ਕਰੋ ਕਿ ਮੇਰੇ ਪਰਮੇਸ਼ਵਰ ਨੇ ਇੱਕ ਪਲ ਮੈਨੂੰ ਹੋਰ ਦਿੱਤਾ ਇਹਨੂੰ ਵੀ ਮੈਂ ਚੰਗੀ ਤਰ੍ਹਾਂ ਇਸਤੇਮਾਲ ਕਰਾਂਗਾ ਕਿਉਂਕਿ ਜਿਹੜਾ ਸਮਾਂ ਬੀਤ ਰਿਹਾ ਉਹ ਵਾਪਸ ਤਾਂ ਨਹੀਂ ਆਏਗਾ ਇਸ ਲਈ ਜਿਹੜਾ ਬਾਕੀ ਉਹਨੂੰ ਲਾਹੇਵੰਦ ਬਣਾ ਲਓ ਉਹਨੂੰ ਇਸ ਤਰੀਕੇ ਦੇ ਨਾਲ ਯੂਜ਼ ਕਰੋ ਕਿ ਮੈਂ ਖੁਸ਼ ਰਹਾਂਗਾ ਤੇ ਖੁਸ਼ੀ ਨੂੰ ਵੰਡਾਂਗਾ ਹallelujah ਪਰਮੇਸ਼ਵਰ ਜੀ ਕੀ ਕਰਦੇ ਆ ਦੁੱਖ ਘਟਦੇ ਆ ਖੁਸ਼ੀ ਦਿੰਦੇ ਆ ਤੇ ਵਚਨ ਵਿੱਚ ਲਿਖਿਆ ਪਰਮੇਸ਼ਵਰ ਨੇ ਸਾਨੂੰ ਆਪਣੇ ਸੁਭਾਅ ਤੇ ਬਣਾਇਆ ਤੇ ਫਿਰ ਸਾਡਾ ਸੁਭਾਅ ਕੀ ਹੋਣਾ ਚਾਹੀਦਾ ਆ ਖੁਸ਼ੀ ਵੰਡਣ ਵਾਲਾ ਹੋਣਾ ਚਾਹੀਦਾ ਆ ਆਓ ਅਸੀਂ ਵਚਨ ਦੇ ਵਿੱਚ ਅੱਗੇ ਦੇਖਦੇ ਆ ਬੁੱਕ ਆਫ एफिशिएंस चैप्टर नंबर 4 वर्स नंबर 26 एंड 27 अफ सीया दी किताब 4 नंबर अध्याय और उस दी 26 ते 27 नंबर पंक्ति ਵਿੱਚ ਇਦਾਂ ਲਿਖਿਆ ਕਹਿੰਦਾ ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ ਸੂਰਜ ਤੁਹਾਡੇ ਕਰੋਧ ਉੱਤੇ ਨਾ ਡੁੱਬ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ ਦੇਖੋ वचन ਕੀ ਦੱਸਦਾ ਹੁਣ ਥੋੜੀ ਜੀ ਗੁੰਜਾਇਸ਼ ਦੇ ਦਿੱਤੀ वचन ਨੇ ਪਤਾ ਕਿਹੜੀ ਚੀਜ਼ ਦੇ ਗੁੰਜਾਇਸ਼ ਦਿੱਤੀ ਆ ਬਾਲੀਵੜੀ ਆਪਾਂ ਇਦਾਂ ਕਹਿੰਨੇ ਹੁੰਨੇ ਅਸੀਂ ਇਨਸਾਨ ਆ ਗੁੱਸਾ ਆ ਹੀ ਜਾਂਦਾ ਆ ਉਹ ਕਹਿੰਦਾ ਦਸ ਫਾਈਲ ਠੀਕ ਆ ਗੁੱਸਾ ਆ ਹੀ ਜਾਂਦਾ ਆ ਪਰ ਹੁਣ ਉਹਨੇ ਲਿਮਟ ਦੇ ਦਿੱਤੀ ਆ ਵੀ ਕਿੰਨੀ ਦੇਰ ਤੱਕ ਉਹਨੂੰ ਤੁਸੀਂ ਕੈਰੀ ਕਰਨਾ ਆ ਕਿੰਨੀ ਦੇਰ ਤੱਕ ਉਹਨੂੰ ਤੁਸੀਂ ਚੱਕਣਾ ਆ ਕਹਿੰਦਾ ਤੁਸੀਂ ਗੁੱਸੇ ਤਾਂ ਹੋਵੋ ਠੀਕ ਆ ਤੁਹਾਨੂੰ ਗੁੱਸਾ ਆ ਗਿਆ ਆ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ ਸੂਰਜ ਤੁਹਾਡੇ ਕਰੋਧ ਉੱਤੇ ਨਾ ਡੁੱਬ ਜਾਵੇ ਤੁਹਾਨੂੰ ਸੇਮ ਦਿਨ ਗੁੱਸੇ ਚੋਂ ਬਾਹਰ ਨਿਕਲਣਾ ਪਊਗਾ ਜਾਂ ਗੁੱਸੇ ਨੂੰ ਆਪਣੇ ਚੋਂ ਬਾਹਰ ਕੱਢਣਾ ਪਊਗਾ ਗੁੱਸਾ ਆ ਗਿਆ ਡੋਨਟ ਵਰੀ ਘਬਰਾਓ ਨਾ ਪਰ ਪਾਪ ਨਾ ਕਰੋ ਫਰਜ ਕਰੋ ਗੁੱਸਾ ਆ ਗਿਆ ਗੁੱਸੇ ਵਿੱਚ ਹੁਣ ਇਹ ਨਹੀਂ ਕਿ ਮੈਨੂੰ ਫਲਾਨੇ ਤੇ ਗੁੱਸਾ ਆ ਗਿਆ ਮੈਂ ਇਹਦੇ ਇਹਦਾ ਬਦਲਾ ਲਵਾਂ ਮੈਂ ਹੁਣ ਇਹਦਾ ਨੁਕਸਾਨ ਕਰੂੰ ਮੈਂ ਇਦਾਂ ਕਰੂੰ ਇਹਦੇ ਨਾਲ ਮੈਂ ਇਨੇ ਮੈਨਾਂ ਇਦਾਂ ਕੀਤਾ ਇਹਨੇ ਮੇਰੇ ਬੱਚਿਆਂ ਨਾਲ ਇਦਾਂ ਕੀਤਾ ਜਾਂ ਕਿਸੇ ਵੀ ਤਰੀਕੇ ਦੇ ਨਾਲ ਤਾਂ ਤੁਸੀਂ ਉਹਦੇ ਬਦਲੇ ਦੇ ਵਿੱਚ ਤਿਆਰੀ ਨਾ ਕਰੋ ਕਿ ਮੈਂ ਹੁਣ ਇਹਨੂੰ ਕਿਦਾਂ ਦੁਖੀ ਕਰਨਾ ਆ ਕੀ ਕਹਿੰਦਾ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ ਗੁੱਸਾ ਆ ਗਿਆ ਸ਼ਾਂਤ ਹੋ ਜਾਓ ਉਦੇ ਖਿਲਾਫਤ ਨਾ ਸੋਚਣਾ ਹੈ ਨਾ ਬੋਲਣਾ ਹੈ ਕਿੰਨੀ ਦੇਰ ਤੱਕ ਗੁੱਸੇ ਦੇ ਵਿੱਚ ਰਹਿ ਸਕਦੇ ਆ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਗੁੱਸੇ ਚੋਂ ਬਾਹਰ ਨਿਕਲਣਾ ਹੋਊਗਾ ਕਹਿੰਦਾ ਤੁਹਾਡੇ ਕਰੋਧ ਦੇ ਉੱਤੇ ਸੂਰਜ ਨਾ ਡੁੱਬੇ ਇਹ ਨਹੀਂ ਵੀ ਤੁਸੀਂ ਦਿਨੇ ਗੁੱਸੇ ਹੋਏ ਤੇ ਰਾਤ ਵੀ ਮੰਜੇ ਤੇ ਉਸੇ ਚੀਜ਼ ਬਾਰੇ ਸੋਚ ਰਹੇ ਆ ਫਿਰ ਉੱਠ ਰਹੇ ਉਹੀ ਚੀਜ਼ ਚੱਲ ਰਹੀ ਤੁਸੀਂ ਸੋਚੋ ਕਈ ਵਾਰੀ ਤੁਸੀਂ ਰਾਤ ਨੂੰ ਕੋਈ ਪਲੈਨਿੰਗ ਕਰਦਿਆਂ ਕਰਦਿਆਂ ਸੌਂਗੇ ਜਦੋਂ ਤੁਸੀਂ ਸਵੇਰ ਨੂੰ ਉੱਠਦੇ ਕੀ ਚੱਲ ਰਿਹਾ ਹੁੰਦਾ ਜੋ ਸੋਚਦੇ ਆ ਸੁੱਤੇ ਤੁਸੀਂ ਰਾਈਟ ਉੱਥੇ ਹੀ ਹੁੰਨੇ ਆ ਉਹ ਹੀ ਸਿਸਟਮ ਫੇਰ ਚੱਲਣ ਲੱਗ ਜਾਂਦਾ ਕਿਸੇ ਨਾਲ ਨਾਰਾਜ਼ਗੀ ਦੇ ਵਿੱਚ ਸੋਵੋਂਗੇ ਸਵੇਰ ਨੂੰ ਉੱਠਦੇ ਨਾਰਾਜ਼ਗੀ ਫੇਰ ਹਾਜ਼ਰ ਹੋਏਗੀ ਕਿਸੇ ਨੂੰ ਚੇਤੇ ਕਰਕੇ ਸੁੱਤੇ ਆ ਸਵੇਰ ਨੂੰ ਉੱਠਦੇ ਆ ਫੇਰ ਤੁਸੀਂ ਉੱਥੇ ਉਹਨੂੰ ਚੇਤੇ ਕਰ ਰਹੇ ਹੋਵੋਗੇ ਤੁਸੀਂ ਪ੍ਰੈਕਟੀਕਲੀ ਕਰਕੇ ਦੇਖੋ ਕਿਉਂ बार-बार ਤੁਹਾਨੂੰ ਕਹਿੰਦੇ ਕਿ ਤੁਹਾਡੇ ਬੈੱਡ ਦੀ ਲਾਸਟ ਮੂਮੈਂਟ ਪ੍ਰਾਰਥਨਾ ਹੋਣੀ ਚਾਹੀਦੀ ਆ ਤਾਂ ਜੋ ਜਦੋਂ ਤੁਹਾਡੀ ਅੱਖ ਖੁੱਲ੍ਹੇ ਤੇ ਮੂੰਹ 'ਚ ਸ਼ੁਕਰਗੁਜ਼ਾਰੀ ਹੋਵੇ ਪਰਮੇਸ਼ਵਰ ਦੇ ਲਈ ਇਸ ਲਈ ਵਚਨ ਦਾ ਭਾਵ ਇਹ ਹੈ ਕਿ ਤੁਸੀਂ ਲੌਂਗ ਟਾਈਮ ਤੱਕ ਗੁੱਸੇ ਨੂੰ ਆਪਣੇ ਮਨ 'ਚ ਨਹੀਂ ਰੱਖਣਾ ਲੰਮੇ ਸਮੇਂ ਤੱਕ ਨਹੀਂ ਕਿ ਅੱਜ ਵੀ ਤੁਸੀਂ ਗੁੱਸੇ ਆ ਗਵਾਂਡੀ ਨਾਲ ਕੱਲ ਵੀ ਗੁੱਸੇ ਆ ਮਹੀਨਾ ਲੰਘ ਗਿਆ ਸਾਲ ਲੰਘ ਗਿਆ ਭਾਵ ਜਦੋਂ ਗੱਲ ਹੋ ਗਈ ਤੇ ਖਤਮ ਹੋ ਗਈ ਜਦੋਂ ਸ਼ਾਂਤੀ ਹੋਈ ਆ ਥੋੜਾ ਮਾਹੌਲ ਠੰਡਾ ਹੋਇਆ ਆ ਤੁਸੀਂ ਚਲ ਜਓ ਉਹਦੇ ਘਰ ਸੌਰੀ ਫੀਲ ਕਰੋ ਭਾਵੇਂ ਉਹਦੀ ਗਲਤੀ ਸੀ ਫਿਰ ਵੀ ਸੌਰੀ ਫੀਲ ਕਰ ਰਹੋ ਪ੍ਰਭੂ ਯਿਸੂ ਮਸੀਹ ਜੀ ਜਦੋਂ ਸਲੀਪ ਦੇ ਉੱਤੇ ਲਾਸਟ ਮੋਮੈਂਟ ਦੇ ਵਿੱਚ ਸੀ ਉਹਨਾਂ ਨੇ ਕੀ ਕਿਹਾ ਲਾਸਟ ਵਿੱਚ ਉਹਨਾਂ ਨੇ ਕੀ ਕਿਹਾ ਕਿਹਾ हे ਪਿਤਾ ਇਹਨਾਂ ਨੂੰ ਮਾਫ ਕਰ ਕਿਉਂ ਜੋ ਇਹ ਨਹੀਂ ਜਾਣਦੇ ਇਹ ਕੀ ਕਰਦੇ ਆ ਕਿਨਾਂ ਨੂੰ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਨੂੰ ਸਤਾ ਰਹੇ ਸੀਗੇ ਜਿਹਨੇ ਉਹਦੇ ਪਸਲੀ 'ਚ ਨੇਜਾ ਮਾਰਿਆ ਸੀ ਜਿਹੜੇ ਖੜੇ ਲਾਂਤਾਂ ਪਾ ਰਹੇ ਸੀ ਜਿਹੜੇ ਕੁਬੋਲੀਆਂ ਬੋਲ ਰਹੇ ਸੀ ਗੰਦੇ ਬੋਲ ਬੋਲ ਰਹੇ ਸੀਗੇ ਜਿਹੜੇ ਲਾਂਮੇ ਤੇ ਮੇਹਣੇ ਦੇ ਰਹੇ ਸੀਗੇ ਜਿਨ੍ਹਾਂ ਨੇ ਹੱਥਾਂ ਵਿੱਚ ਕਿੱਲ ਠੋਕ ਦਿੱਤੇ ਇੰਨਾ ਦੁੱਖ ਤਾਂ ਸਾਨੂੰ ਕਿਸੇ ਨੇ ਨਹੀਂ ਦਿੱਤਾ ਕਿ ਸਾਡੀ ਪਸਲੀ 'ਚ ਨੇਜਾ ਮਾਰਿਆ ਹੋਵੇ ਤੇ ਸਾਨੂੰ ਲਾਂਮੇ ਵੀ ਦਿੱਤੇ ਹੋਣ ਇੰਨਾ ਦੁੱਖ ਤਾਂ ਕਿਸੇ ਨੇ ਨਹੀਂ ਦਿੱਤਾ ਜਿੰਨਾ ਪ੍ਰਭੂ ਯਿਸੂ ਮਸੀਹ ਜੀ ਨੂੰ ਦਿੱਤਾ ਗਿਆ ਬਿਨਾਂ ਗਲਤੀ ਦੇ ਬਿਨਾ ਗੁਨਾ ਦੇ ਤੁਹਾਨੂੰ ਬਚਾਉਣ ਦੇ ਲਈ ਮੈਨੂੰ ਬਚਾਉਣ ਦੇ ਲਈ ਮੇਰੇ ਘਰਾਣੇ ਨੂੰ ਬਚਾਉਣ ਦੇ ਲਈ ਤੁਹਾਡੇ ਘਰਾਣਿਆਂ ਨੂੰ ਬਚਾਉਣ ਲਈ ਇਸ ਜਗਤ ਨੂੰ ਬਚਾਉਣ ਦੇ ਲਈ ਪਰ ਪ੍ਰਭੂ ਯੀਸੂ ਮਸੀਹ ਵੀ ਤਾਂ ਕਹਿ ਸਕਦੇ ਸੀਗੇ ਨਾ ਕਿ ਹੈ ਪਿਤਾ ਮੇਰੀਆਂ ਲੜਾਈਆਂ ਤੂੰ ਲੜ ਆ ਮੇਰੇ ਪਿਤਾ ਤੂੰ ਬਦਲਾ ਲੈ ਤੇ वचन ਦੇ ਵਿੱਚ ਕੀ ਲਿਖਿਆ ਪ੍ਰਭੂ ਯੀਸੂ ਮਸੀਹ ਜੀ ਨੇ ਕਿਹਾ ਜੇ ਮੈਂ ਚਾਹਾਂ ਤੇ ਕੀ ਉਹ ਸਵਰਗੀ ਫੌਜਾਂ ਨਹੀਂ ਭੇਜੂਗਾ ਪਰ ਪ੍ਰਭੂ ਯੀਸੂ ਮਸੀਹ ਜੀ ਨੇ ਨਹੀਂ ਮੰਗੀਆਂ ਕਿਉਂ ਕਾਕੇ ਪ੍ਰਭੂ ਯੀਸੂ ਮਸੀਹ ਜੀ ਸਾਨੂੰ ਇੱਕ ਲੈਸਨ ਦੇਣ ਦੇ ਲਈ ਆਏ ਇੱਕ ਪਾਠ ਪੜ੍ਹਾਉਣ ਦੇ ਲਈ ਸਾਨੂੰ ਆਏ ਇੱਕ ਚੀਜ਼ ਸਿਖਾਉਣ ਦੇ ਲਈ ਆਏ ਕਿ ਮਾਫ਼ ਕਰੋ ਕਿਉਂਕਿ ਮਾਫ਼ ਕਰਨ ਦਾ ਇਨਾਮ ਵੱਡਾ ਆ ਔਰ ਉਹ ਇਨਾਮ ਕੀ ਆ ਪਿਤਾ ਦੇ ਸਿੰਘਾਸਨ ਤੇ ਬਰਾਜਮਾਨ ਹੋਣਾ ਇਸ ਲਈ ਪ੍ਰਭੂ ਯੀਸੂ ਮਸੀਹ ਜੀ ਨੇ ਕਿਹਾ ਪਿਤਾ ਇਹ ਨਹੀਂ ਜਾਣਦੇ ਕੀ ਕਰਦੇ ਆ ਕਰਕੇ ਉਹਨਾਂ ਦੀਆਂ ਆਤਮਿਕ ਅੱਖਾਂ ਬੰਦ ਸੀਗੀਆਂ ਜਿਹੜੇ ਪਰਮੇਸ਼ਵਰ ਦੇ ਪੁੱਤਰ ਨੂੰ ਸਾਡੇ ਮੁਕਤੀਦਾਤੇ ਨੂੰ ਸਤਾ ਰਹੇ ਸੀਗੇ ਅੱਜ ਵੀ ਜਿਹੜੇ ਸਾਡੇ ਨਾਲ ਲੜਦੇ ਆ ਜਿਹੜੇ ਸਾਨੂੰ ਗਾਲ੍ਹਾਂ ਕੱਢਦੇ ਆ ਬੋਲੀਆਂ ਮਾਰਦੇ ਆ ਜਾਂ ਕੁਝ ਵੀ ਬੁਰਾਈ ਕਰਦੇ ਆ ਉਹਨਾਂ ਦੀਆਂ ਆਤਮਿਕ ਅੱਖਾਂ ਬੰਦ ਆ ਉਹ ਨਹੀਂ ਜਾਣਦੇ ਕਿ ਇਹ ਨਹੀਂ ਕਰਨਾ ਚਾਹੀਦਾ ਤਾਂ ਹੀ ਤਾਂ ਉਹ ਕਰ ਰਹੇ ਆ ਜੇ ਅਸੀਂ ਹਰ ਹਫਤੇ ਵਚਨ ਸੁਣ ਕੇ ਆਪਣੇ ਘਰਾਂ ਦੇ ਵਿੱਚ ਵਚਨ ਪੜ੍ਹ ਕੇ ਬਰ ਹਰ ਰੋਜ਼ ਪ੍ਰਾਰਥਨਾ ਕਰਨ ਦੇ ਬਾਵਜੂਦ ਵਰਤ ਰੱਖਣ ਦੇ ਬਾਵਜੂਦ ਫਿਰ ਤੋਂ ਅਸੀਂ ਉਹਨਾਂ ਵਾਲੇ ਕੰਮ ਕਰੀਏ ਤੇ ਇਹਦਾ ਮਤਲਬ ਅਸੀਂ ਵੀ ਅੰਨੇ ਹੀ ਹੋਏ ਫੇ ਅਸੀਂ ਵੀ ਆਤਮਿਕ ਤੌਰ ਤੇ ਅੰਨੇ ਹੋਏ ਪਰ ਅਸੀਂ ਤਾਂ ਸੁਝਾਖੇ ਆ ਨਾ ਸਾਨੂੰ ਤਾਂ ਪਵਿੱਤਰ ਆਤਮਾ ਨੇ ਜਿਹੜੀ ਅੱਖਾਂ ਤੇ ਪੱਟੀ ਸੀ ਉਹ ਲਾਹ ਸਿੱਟੀ ਸਾਡੀਆਂ ਅੱਖਾਂ ਤੋਂ ਅਸੀਂ ਸੁਝਾਖੇ ਹੋ ਚੁੱਕੇ ਆ ਇਸ ਲਈ ਜਦੋਂ ਸਾਡੇ ਨਾਲ ਕੋਈ ਲੜੇ ਕਿਸੇ ਦੇ ਉੱਤੇ ਸਾਨੂੰ ਗੁੱਸਾ ਆਏ ਤਾਂ ਉਦੋਂ ਅਸੀਂ ਕੀ ਕਰਨਾ ਹੈ हे ਪਿਤਾ ਇਹਨਾਂ ਨੂੰ ਮਾਫ ਕਰ ਕਿਉਂ ਜੋ ਇਹ ਨਹੀਂ ਜਾਣਦੇ ਇਹ ਕੀ ਕਰਦੇ ਆ ਪਰ ਪ੍ਰਭੂ ਮੈਂ ਤਾਂ ਜਾਣ ਚੁੱਕਿਆ ਕਿ ਤੂੰ ਮੇਰੇ ਲਈ ਕੀ ਕੀਤਾ ਆ ਤੁਹਾਨੂੰ ਪਤਾ ਪਰਮੇਸ਼ਵਰ ਨੇ ਇੱਕ ਭੇਤ ਰੱਖਿਆ ਹੈ ਮਾਫੀ ਦੇ ਵਿੱਚ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਨੇ ਮੱਤੀ ਦੀ ਪੁਸਤਕ ਉਹਦਾ 6 ਨੰਬਰ ਅਧਿਆਏ ਦੇ ਵਿੱਚ ਜਿਹੜੀ 9 ਤੋਂ 13 ਨੰਬਰ ਆਇਤ ਤੱਕ ਜਿਹੜੀ ਪ੍ਰਾਰਥਨਾ ਸਿਖਾਈ ਆ ਚੇਲਿਆਂ ਨੂੰ ਉਹਦੇ ਵਿੱਚ ਲਿਖਿਆ ਆ ਕਹਿੰਦਾ ਹੈ ਪਿਤਾ ਸਾਡੇ ਗੁਨਾਹ ਸਾਨੂੰ ਮਾਫ ਕਰ ਜਿੱਦਾਂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ ਕਰਦੇ ਹਾਂ ਤੁਹਾਨੂੰ ਪਤਾ ਹੈ ਕਿੰਨਾ ਵੱਡਾ ਭੇਤ ਆ ਅਸੀਂ ਆਪਣੇ ਨਿੱਕੇ-ਨਿੱਕੇ ਨਿਆਣਿਆਂ ਨੂੰ ਵੀ ਇਹ ਪ੍ਰੇਰ ਯਾਦ ਕਰਾ ਦਿੰਨੇ ਆ ਤੇ ਅਸੀਂ ਕਹਿੰਨੇ ਪ੍ਰਭੂ ਵਾਲੀ ਪ੍ਰਾਰਥਨਾ ਇਹਦੇ ਵਿੱਚ ਇੱਕ ਬਹੁਤ ਵੱਡਾ ਭੇਤ ਆ ਕਹਿੰਦਾ हे ਪਿਤਾ ਸਾਡੇ ਗੁਨਾਹ ਸਾਨੂੰ ਮਾਫ ਕਰ ਕਿੱਦਾਂ ਜਿੱਦਾਂ ਅਸੀਂ ਆਪਣੇ ਗੁਨਾਹਗਾਰਾਂ ਨੂੰ ਮਾਫ ਕਰਦੇ ਤੇ ਹੁਣ ਤੁਸੀਂ ਆਪਣਾ ਹਿਸਾਬ ਕਿਤਾਬ ਲਾ ਲਿਓ ਭਾਈ ਤੁਸੀਂ ਆਪਣੇ ਗੁਨਾਹਗਾਰਾਂ ਨੂੰ ਕਿੱਦਾਂ ਮਾਫ ਕਰਦੇ ਜੇ ਤਾਂ ਤੁਸੀਂ ਉਹਨਾਂ ਨੂੰ ਅਹਿਸਾਸ ਕਰਾ ਕੇ ਉਹਨਾਂ ਦੀ ਗਲਤੀ ਦਾ ਫੇਰ ਮਾਫ ਕਰਦੇ ਆ ਤੇ ਫੇਰ ਤੁਹਾਨੂੰ ਵੀ ਪਤਾ ਨੇ ਇਦਾਂ ਹੀ ਕਰਨਾ ਪਹਿਲਾਂ ਅਹਿਸਾਸ ਕਰਾਉਣਾ ਤੁਹਾਡੀ ਗਲਤੀ ਦਾ ਫੇਰ ਤੁਹਾਨੂੰ ਮਾਫ ਕਰਨਾ ਕਰਕੇ ਪ੍ਰਾਰਥਨਾ ਕੀਆ ਜਿੱਦਾਂ ਅਸੀਂ ਆਪਣੇ ਗੁਨਾਹਗਾਰਾਂ ਨੂੰ ਮਾਫ ਕਰਦੇ ਆ ਜੇ ਤੁਸੀਂ ਉਹਨਾਂ ਦੀ ਗਲਤੀ ਨੂੰ ਇਦਾਂ ਹੀ ਮਾਫ ਕਰ ਦਿੰਨੇ ਆ ਬਿਨਾਂ ਰਿਅਲਾਈਜ਼ ਕਰਾਇਆ ਉਹਨਾਂ ਨੂੰ ਵੀ ਠੀਕ ਹੈ ਇਹਨਾਂ ਤੋਂ ਗਲਤੀ ਹੋ ਗਈ ਚਲ ਗਾਹਾਂ ਨੂੰ ਨਾ ਕਰੀਂ ਫੇ ਤੁਹਾਨੂੰ ਵੀ ਪਿਤਾ ਨੇ ਇਦਾਂ ਹੀ ਮaaf ਕਰ ਦੇਣਾ ਵੀ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਗਾਹ ਨੂੰ ਨਾ ਕਰੀ ਤੇ ਜੇ ਸਜ਼ਾ ਦੇ ਕੇ ਫੇਰ ਉਹਨਾਂ ਨੂੰ ਕਹਿੰਨੇ ਜਾ ਤੈਨੂੰ ਛੱਡਿਆ ਤਾਂ ਫੇ ਆਪਣੇ ਨਾਲ ਵੀ ਇਦਾਂ ਹੀ ਹੋਣਾ ਪਹਿਲਾਂ ਸਜ਼ਾ ਮਿਲਣੀ ਆ ਫੇ ਉਹਨੇ ਕਹਿਣਾ ਜਾ ਤੈਨੂੰ ਛੱਡਿਆ ਤੁਸੀਂ ਸੋਚੋ ਨਾ ਆਪਾਂ ਚਰਚ ਵਿੱਚ ਆ ਰਹੇ ਆਂ ਬਿਮਾਰੀਆਂ ਆ ਜਿਸਮ ਦੇ ਅੰਦਰ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਜਿਸਮ ਦੇ ਅੰਦਰ ਨਹੀਂ ਛੁੱਟ ਰਹੀਆਂ ਇਹਦਾ ਮਤਲਬ ਹਲੇ ਬਹੁਤ ਸਾਰੇ ਮਾਫ ਕਰਨ ਵਾਲੇ ਬਾਕੀ ਆ ਤਾਂ ਕਰਕੇ ਹਲੇ ਸਾਡੇ ਜਿਸਮ ਦੇ ਅੰਦਰ ਦੁੱਖ ਆ ਜੇ ਤੁਸੀਂ ਬਿਨਾ ਅਗਲੇ ਦਾ ਲੇਖਾ ਜੋਖਾ ਕੀਤਿਆਂ ਛੱਡ ਦਿੱਤਾ ਤਾਂ वचन ਦੇ ਵਿੱਚ ਲਿਖਿਆ ਧਾਨਿਆ ਉਹ ਮਨੁੱਖ ਜਿਹਦੇ ਗੁਨਾਹ ਯਹੋਵਾ ਉਹਦੇ ਲੇਖੇ ਨਹੀਂ ਗਿਣਦਾ ਧਾਨਿਆ ਉਹ ਮਨੁੱਖ ਜਿਹਦੇ ਗੁਨਾਹ ਟਕੇ ਹੋਏ ਆ ਕਿਉਂ ਇਦਾਂ ਲਿਖਿਆ ਧਾਨਿਆ ਉਹ ਮਨੁੱਖ ਜਿਹਦੇ ਗੁਨਾਹ ਟਕੇ ਹੋਏ ਆ ਫਰਜ ਕਰੋ ਤੁਹਾਨੂੰ ਕਿਸੇ ਦੀ ਗਲਤੀ ਦਾ ਪਤਾ ਆ ਕਿਸੇ ਦੇ ਪਾਪ ਦਾ ਪਤਾ ਲੱਗ ਗਿਆ ਆ ਪਰ ਉਹ ਬੰਦਾ ਬਦਲਣਾ ਚਾਹੁੰਦਾ ਆ ਜਾਂ ਬਦਲ ਚੁੱਕਿਆ ਆ ਪਰ ਅਚਾਨਕ ਤੁਹਾਡੇ ਕੋਲ ਕੋਈ ਬੰਦਾ ਆਇਆ ਤੁਸੀਂ ਦੱਸਣਾ ਸ਼ੁਰੂ ਕਰ ਦਿੱਤਾ ਲੈ ਵੱਡਾ ਬਾਬਾ ਬਣਿਆਈ ਵੱਡਾ ਸਾਧ ਬਣਿਆਈ ਵੱਡਾ ਚੇਲਾ ਬਣ ਗਿਆਈ ਹੁਣ ਯਿਸੂ ਨੂੰ ਮੰਨਣਾ ਸ਼ੁਰੂ ਕਰਤਾ ਹੀ ਅੱਪ ਪਹਿਲਾਂ ਇਦਾਂ ਕਰਦਾ ਸੀ ਇਦਾਂ ਕਰਦਾ ਸੀ ਉੱਥੇ ਜਾਂਦਾ ਸੀਗਾ ਪਤਾ ਤੁਸੀਂ ਕੀ ਕੀਤਾ ਤੁਸੀਂ ਆਪਣੀਆਂ ਗਲਤੀਆਂ ਤੋਂ ਪੜਦੇ ਚੱਕੀ ਜਾਂਦੇ ਆ ਉਹਦੀਆਂ ਗਲਤੀਆਂ ਤੋਂ ਨਹੀਂ ਚੱਕ ਰਹੇ ਤੁਸੀਂ ਆਪਣੀਆਂ ਗਲਤੀਆਂ ਤੋਂ ਚੱਕੀ ਜਾ ਰਹੇ ਆ ਕਿਹੜੀਆਂ ਗਲਤੀਆਂ ਦੱਸ ਜਿਹੜੀਆਂ ਪਤੀ ਤੋਂ ਲੁੱਕ ਕੇ ਕੀਤੀਆਂ ਪਿਤਾ ਤੋਂ ਲੁੱਕ ਕੇ ਕੀਤੀਆਂ ਪੁੱਤਰ ਤੋਂ ਲੁੱਕ ਕੇ ਕੀਤੀਆਂ ਮਾਤਾ ਤੋਂ ਲੁੱਕ ਕੇ ਕੀਤੀਆਂ ਭੈਣਾਂ ਤੋਂ ਲੁੱਕ ਕੇ ਕੀਤੀਆਂ ਤੁਸੀਂ ਉਹਨਾਂ ਗਲਤੀਆਂ ਤੋਂ ਪੜਦੇ ਚੱਕਦੇ ਆ ਕੀ ਹੋਏਗਾ ਜਦੋਂ ਤੁਸੀਂ ਕਿਸੇ ਦੇ ਗੁਨਾਹ ਉਜਾਗਰ ਕਰਨ ਦੀ ਕੋਸ਼ਿਸ਼ ਕਰੋਗੇ ਨਾ ਤੇ ਤੁਹਾਡੇ ਗੁਨਾਹ ਨੰਗੇ ਹੋਣੇ ਸ਼ੁਰੂ ਹੋ ਜਾਣਗੇ ਅਗਰ ਅਸੀਂ ਚਾਹਨੇ ਸਾਡੇ ਗੁਨਾਹ ਜਿੱਦਾਂ ਪਰਮੇਸ਼ਵਰ ਨੇ ਚੁੱਪ ਕਰਕੇ ਢਾਕ ਦਿੱਤੇ ਆ ਕਹਿੰਦਾ ਪਰਮੇਸ਼ਵਰ ਨੇ ਮੇਰੇ ਗੁਨਾਹ ਇੰਨੀ ਦੂਰ ਸਿੱਟੇ ਆ ਜਿੰਨਾ ਅਸਮਾਨ ਧਰਤੀ ਤੋਂ ਦੂਰ ਆ ਕਹਿੰਦਾ ਆਪਣੀ ਪਿੱਠ ਦੇ ਪਿੱਛੇ ਸੱਟ ਦਿੱਤੇ ਆ ਪਤਾਲ ਦੀ ਗਹਿਰਾਈ ਦੇ ਵਿੱਚ ਸੱਟ ਦਿੱਤੇ ਆ ਸਮੁੰਦਰਾਂ ਦੀ ਗਹਿਰਾਈ ਦੇ ਵਿੱਚ ਸੱਟ ਦਿੱਤੇ ਆ ਉਹ ਇੰਨੇ ਫਾਸਲੇ ਤੇ ਪਏ ਹੋਏ ਆ ਅਗਰ ਉਹ ਇਦਾਂ ਕਰਕੇ ਇੰਨੀ ਦੂਰ ਸੱਟ ਸਕਦਾ ਨਾ ਇਦਾਂ ਹੀ ਕਰਕੇ ਉਹ ਸਾਰੇ ਗੁਨਾਹਾਂ ਤੋਂ ਪਰਦਾ ਵੀ ਚੱਕ ਸਕਦਾ ਆ ਇਸ ਲਈ ਜੇ ਕੋਈ ਸੁਧਰ ਰਿਹਾ ਹੈ ਨਾ ਉਹਨੂੰ ਸੁਧਰਣ ਦਿਓ ਉਹਦੇ ਸੁਧਰਣ ਵਿੱਚ ਉਹਦੀ ਮਦਦ ਕਰੋ ਉਹਨੂੰ ਉਹਦਾ ਪਾਸਟ बार-बार ਚੇਤੇ ਨਾ ਕਰਾਓ ਉਹਦੇ ਪਾਸਟ ਦੀਆਂ ਗੱਲਾਂ ਲੋਕਾਂ ਦੇ ਵਿੱਚ ਉਜਾਗਰ ਕਰਕੇ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਵਿੱਚ ਰੱਬ ਦੀ ਨਿਗਾ ਦੇ ਵਿੱਚ ਨੀਵੇਂ ਨਾ ਹੋਵੋ ਇਸ ਲਈ ਤਾਂ ਜੋ ਜਿੱਦਾਂ ਅਸੀਂ ਕਿਸੇ ਦੇ ਨਾਲ ਟ੍ਰੀਟ ਕਰਾਂਗੇ ਪਰਮੇਸ਼ਵਰ ਨੇ ਉਦਾਂ ਹੀ ਸਾਡੇ ਨਾਲ ਟ੍ਰੀਟ ਕਰਨਾ ਹੈ ਹਾਲੇਲੂਇਆ ਸੋ ਲਾਸਟ ਦੇ ਵਿੱਚ ਆਪਾਂ ਇੱਕ ਵਰਸ ਹੋਰ ਦੇਖਦੇ ਹਾਂ ਬੁੱਕ ਆਫ ਐਫੀਸ਼ੀਐਂਸ ਚੈਪਟਰ ਨੰਬਰ 4 ਉਹਦੀ 30 ਤੋਂ 32 ਅਫਸੀਆ ਦੀ ਕਿਤਾਬ 4 ਨੰਬਰ ਅਧਿਆਏ ਉਹਦੀ 30 ਤੋਂ 32 ਵਿੱਚ ਇਦਾਂ ਲਿਖਿਆ ਕਹਿੰਦਾ ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ ਸਭ ਕੁੜਤਨ ਕਰੋਧ ਕੋਪ ਰੋੜਾ ਅਤੇ ਦੁਰਵਚਨ ਸਾਰੀ ਬੁਰੀਾਈ ਸਨੇਹ ਤੁਹਾਤੋਂ ਦੂਰ ਹੋਵੇ ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾवान ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ ਕਰੋ ਜਿਵੇਂ ਪਰਮੇਸ਼ਵਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ ਕੀਤਾ ਹੈ ਹallelujah ਸੋ ਇਦਾਂ ਦੱਸਦਾ ਕਹਿੰਦਾ ਤੁਹਾਡੇ ਉੱਤੇ ਪਵਿੱਤਰ ਆਤਮਾ ਦੀ ਮੋਹਰ ਲੱਗੀ ਆ ਤੁਸੀਂ ਸੋਚੋ ਜਦੋਂ ਆਪਾਂ ਹੋਰਾਂ ਜ਼ਬਾਨਾਂ ਵਿੱਚ ਪ੍ਰਾਰਥਨਾ ਕਰਕੇ ਹਟੇ ਹੋਈਏ ਤੇ ਫੇਰ ਮੀਟਿੰਗ ਖਤਮ ਹੋਣ ਦੇ ਬਾਅਦ ਚ ਆਪਾਂ ਕਿਸੇ ਦੀ ਬੁਰਾਈ ਕਰਨ ਲੱਗ ਜਾਈਏ ਕਿਸੇ ਨਾਲ ਝਗੜਾ ਕਰਨ ਲੱਗ ਜਾਈਏ ਤਾਂ ਫੇਰ ਪਵਿੱਤਰ ਆਤਮਾ ਸਾਨੂੰ ਸ਼ਾਬਾਸ਼ ਦੇਊ ਇੱਕ ਹੋਰ ਵਰਦਾਨ ਦੇ ਦੂ ਕੀ ਹੋਣਾ ਆ ਪਵਿੱਤਰ ਆਤਮਾ ਨੇ ਗੁੱਸੇ ਹੋ ਜਾਣਾ ਫੱਜ ਕਰੋ ਇੱਕ ਬੰਦਾ ਤੁਹਾਨੂੰ ਕਹਿੰਦਾ ਸ਼ਰਾਬ ਨਾ ਪੀਆ ਕਰ ਤੁਸੀਂ ਉਹਦੀ ਬਾਹ ਫੜ ਕੇ ਉਹਨੂੰ ਠੇਕੇ ਤੇ ਲੈ ਜਾਓ ਤੁਹਾਨੂੰ ਸੀਸਾ ਦਊ ਕਿ ਸ਼ਰਾਬ ਦਊਗਾ ਅਸੀਂ ਇਦਾਂ ਹੀ ਕਰਦੇ ਆ ਪਵਿੱਤਰ ਆਤਮਾ ਜੀ ਸਾਨੂੰ ਸਿਖਾਉਂਦੇ ਆ ਬੁਰਾਈ ਨਹੀਂ ਕਰਨੀ ਝਗੜਾ ਨਹੀਂ ਕਰਨਾ ਸੀ ਕੀ ਕਰਦੇ ਆ ਪਹਿਲਾਂ ਹੋਰਾਂ ਜ਼ੁਬਾਨਾਂ 'ਚ ਬੋਲਣ ਲੱਗ ਜਾਂਦੇ ਆ ਮੈਨੂੰ ਪਤਾ ਨਹੀਂ ਤੁਸੀਂ ਹੋਰਾਂ ਜ਼ੁਬਾਨਾਂ 'ਚ ਬੋਲਦੇ ਆ ਕਿ ਡਰਾਮੇ ਕਰਦੇ ਆ ਕਰਕੇ ਫਿਰ ਜੇ ਅਸੀਂ ਹੋਰਾਂ ਜ਼ੁਬਾਨਾਂ 'ਚ ਬੋਲਦੇ ਆ ਪਵਿੱਤਰ ਆਤਮਾ ਦੀਆਂ ਬੋਲੀਆਂ ਬੋਲਦੇ ਆ ਫਿਰ ਸਾਡੇ ਕੰਮ ਕਾਦੇ ਪਵਿੱਤਰ ਆਤਮਾ ਦੇ ਸੁਭਾਅ ਵਾਲੇ ਫਿਰ ਸਾਡੇ ਕੰਮਾਂ ਦੇ ਵਿੱਚ ਫਲ ਕਿਉਂ ਨਹੀਂ ਆ ਪਵਿੱਤਰ ਆਤਮਾ ਦੇ ਪਹਿਲਾਂ ਤਾਂ ਅਸੀਂ ਇਦਾਂ ਹੀ ਕਰਦੇ ਜਿੱਦਾਂ ਸਭ ਤੋਂ ਵਧੀਆ ਅਸੀਂ ਆ ਪਰ ਮੜ ਕੇ ਸਾਡੇ ਕੰਮ ਇਦਾਂ ਦੱਸਦੇ ਆ ਵੀ ਸਭ ਤੋਂ ਨੀਵੇਂ ਅਸੀਂ ਆ ਕੀ ਕਹਿੰਦਾ ਕਹਿੰਦਾ ਤੁਸੀਂ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਆ ਸੋ ਕਹਿੰਦਾ ਵੀ ਤੁਸੀਂ ਪਵਿੱਤਰ ਆਤਮਾ ਨੂੰ ਨਿਰਾਸ਼ ਨਾ ਕਰਿਓ ਇਹਦਾ ਮਤਲਬ ਜਦੋਂ ਅਸੀਂ ਗਲਤ ਬੋਲਦੇ ਆ ਗਲਤ ਕੰਮ ਕਰਦੇ ਫਿਰ ਪਵਿੱਤਰ ਆਤਮਾ ਸਾ ਤੋਂ ਨਿਰਾਸ਼ ਹੋ ਜਾਂਦੇ ਆ ਤੇ ਜੇ ਨਿਰਾਸ਼ ਹੋ ਜਾ ਫੇ ਉਹ ਸਾਡੇ ਨਾਲ ਰਹੂਗੇ ਫੇ ਉਹਨੇ ਸਾਥੋਂ ਵੱਖਰੇ ਹੋ ਜਾਣੇ ਆ ਤੇ ਜੇ ਪਵਿੱਤਰ ਆਤਮਾ ਜੀ ਸਾਡੇ ਤੋਂ ਵੱਖਰੇ ਹੋ ਗਏ ਫੇ ਸਾਡਾ ਕੀ ਬਣੂਗਾ ਫੇ ਤਾਂ ਅਸੀਂ ਕਾਸੇ ਜੁਗੇ ਨਾ ਰਹੇ ਫੇਰ ਤਾਂ ਦੱਬੇ ਪੈਣੇ ਹੀ ਪੈਣੇ ਆ ਫੇਰ ਤਾਂ ਸਿਰ ਘੁੰਮਣੇ ਹੀ ਘੁੰਮਣੇ ਆ ਕਰਕੇ ਜੇ ਪਵਿੱਤਰ ਆਤਮਾ ਨਹੀਂ ਰਹੂਗਾ ਫਿਰ ਦੋਸ਼ਟ ਆਤਮਿਆ ਨੇ ਆ ਜਣਾਇਆ ਤੇ ਬਾਣੀ ਚ ਲਿਖਿਆ ਕਹਿੰਦਾ ਜਦੋਂ ਇੱਕ ਦੋਸ਼ਟ ਆਤਮਾ ਨਿਕਲਦਾ ਆ ਫਿਰ ਉਹ છાਤੀ ਮਾਰਦਾ ਵੀ ਥਾਂ ਖਾਲੀ ਆ ਫਿਰ ਸੱਤਾਂ ਹੋਰਾਂ ਨੂੰ ਲੈ ਕੇ ਆ ਜਾਂਦਾ ਆ ਜਦੋਂ ਦੋਸ਼ਟ ਆਤਮਾ ਨਿਕਲ ਗਿਆ ਸਾਨੂੰ ਜ਼ਰੂਰਤ ਆ ਕਿ ਪਵਿੱਤਰ ਆਤਮਾ ਸਾਡੇ ਅੰਦਰ ਆ ਜਾਏ ਥਾਂ ਖਾਲੀ ਨਹੀਂ ਹੋਣਾ ਚਾਹੀਦਾ ਜੇ ਖਾਲੀ ਹੋਇਆ ਜੇ ਪਰਮੇਸ਼ਵਰ ਨੂੰ ਨਾਮ ਦਿੱਤਾ ਥਾਂ ਪਵਿੱਤਰ ਆਤਮਾ ਨੂੰ ਨਾਮ ਦਿੱਤਾ ਫੇ ਕੀ ਹੋਣਾ ਸੱਤ ਗੁਣਾ ਕਸ਼ਟ ਆ ਜਣੇ ਆ ਸੱਤ ਦੋਸ਼ਾਂ ਆਤਮੇ ਆ ਜਣੇ ਆ ਪਹਿਲਾਂ ਇੱਕ ਨੇ ਮੱਤ ਮਾਰੀ ਸੀ ਫਿਰ ਸੱਤਾਂ ਨੇ ਮੱਤ ਮਾਰਨੀ ਆ ਸੋ ਸਾਨੂੰ ਅਵੇਰ ਰਹਿਣਾ ਹੋਊਗਾ ਸੋ ਇਦਾਂ ਹੀ ਵਚਨ ਚ ਲਿਖਿਆ ਕਹਿੰਦਾ ਕੁੜੱਤਨ ਨੂੰ ਜਿਹੜੀ ਕੁੜੱਤਨ ਆ ਜਾਂਦੀ ਫਲਾਣੇ ਨੇ ਮੈਨੂੰ ਇਦਾਂ ਕਿਹਾ ਫਲਾਣੇ ਨੇ ਇਦਾਂ ਕੀਤਾ ਉਦਾਂ ਕੀਤਾ ਗ੍ਰੋਧ ਨੂੰ ਕੋਪ ਨੂੰ ਰੋਲਾ ਦੁਰਵਚਨ ਇਹ ਸਾਰੀਆਂ ਚੀਜ਼ਾਂ ਬੁਰਾਈ ਸਮੇਤ ਹਰ ਤਰ੍ਹਾਂ ਦੀ ਬੁਰਾਈ ਕੋਈ ਵੀ ਬੁਰਾਈ ਅੱਖ ਦੀ ਬੁਰਾਈ ਹੋ ਸਕਦੀ ਮਨ ਦੀ ਬੁਰਾਈ ਹੋ ਸਕਦੀ ਜਿਸਮ ਦੀ ਬੁਰਾਈ ਹੋ ਸਕਦੀ ਸੋਚਾਂ ਦੀ ਬੁਰਾਈ ਹੋ ਸਕਦੀ ਆ ਸਾਡੇ ਬੋਲਣ ਚ ਬੁਰਾਈ ਹੋ ਸਕਦੀ ਆ ਹਰ ਪ੍ਰਕਾਰ ਦੀ ਬੁਰਾਈ ਨੂੰ ਕਹਿੰਦਾ ਤੁਹਾਡੇ ਤੋਂ ਦੂਰ ਰਹਿਣਾ ਚਾਹੀਦਾ ਤੁਹਾਨੂੰ ਉਸ ਤੋਂ ਦੂਰ ਹੋਣਾ ਚਾਹੀਦਾ ਆ ਤੇ ਇੱਕ ਦੂਏ ਉੱਤੇ ਕਹਿੰਦਾ ਕਿਰਪਾवान ਤੇ ਤਰਸਵਾਨ ਹੋਵੋ ਤਰਸ ਕਰਨਾ ਇੱਕ ਦੂਜੇ ਦੇ ਉੱਤੇ ਭਈ ਇਹ ਬਹੁਤ ਦੁਖੀ ਮੈਂ ਦੇ ਲਈ ਕੀ ਕਰ ਸਕਦਾ ਆ ਜੋ ਮੇਰੇ ਕੋਲ ਕਰਨ ਲਈ ਉਹ ਮੈਂ ਕਰਾਂ ਕੁਝ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਉਹਦੇ ਉਹਦੇ ਲਈ ਪ੍ਰਾਰਥਨਾ ਤਾਂ ਕਰ ਸਕਦੇ ਆ ਤੁਸੀਂ ਉਹਨੂੰ ਤਸੱਲੀ ਤਾਂ ਦੇ ਸਕਦੇ ਆ ਵਚਨ ਦੇ ਵਿੱਚੋਂ ਤਾਂ ਕਹਿੰਦਾ ਇੱਕ ਦੂਜੇ ਲਈ ਕਿਰਪਾवान ਤੇ ਤਰਸਵਾਨ ਹੋਵੋ ਇੱਕ ਦੂਏ ਨੂੰ ਮਾਫ ਕਰੋ ਸੋ ਮਾਫ ਕਰਨ ਦੋਤੇ ਬਾਈਬਲ ਬਹੁਤ ਸਟ੍ਰੈਸ ਦਿੰਦਾ ਹੈ ਬਹੁਤ ਫੋਰਸਫੁਲੀ ਕਹਿੰਦਾ ਕਿਉਂ ਕਹਿੰਦਾ ਕਰਕੇ ਜੇ ਅਸੀਂ ਮਾਫ ਕਰਾਂਗੇ ਤਾਂ ਹੀ ਅਸੀਂ ਮਾਫ ਕੀਤੇ ਜਾਵਾਂਗੇ ਜੇ ਮਾਫ ਨਾ ਕੀਤਾ ਅਸੀਂ ਕਿਸੇ ਨੂੰ ਨਾ ਕੀਤਾ ਫਿਰ ਆਪਾਂ ਵੀ ਨਹੀਂ ਮਾਫ ਹੋਣਾ ਇਸ ਲਈ ਸਾਨੂੰ ਮਾਫ ਕਰਨਾ ਪੈਣਾ ਹੁਣ ਤੁਸੀਂ ਇਦਾਂ ਕਰਨਾ ਚਾਹੇ ਤੁਹਾਡਾ ਤੁਹਾਡੇ ਮਮ ਦੇ ਨਾਲ ਗੁੱਸਾ ਜਾਂ ਡੈਡ ਦੇ ਨਾਲ ਗੁੱਸਾ ਭੈਣ ਦੇ ਨਾਲ ਭਰਾ ਦੇ ਨਾਲ ਕਿਸੇ ਨਾਲ ਵੀ ਅੱਜ ਤੁਸੀਂ ਇੱਥੇ ਹੀ ਉਸ ਗੁੱਸੇ ਨੂੰ ਛੱਡ ਕੇ ਚਲੇ ਜਾਣਾ ਕਿਉਂਕਿ ਇੱਥੇ ਕਹੋ ਜੀ ਅੱਗ ਬਲਦੀ ਆ ਪਰਮੇਸ਼ਵਰ ਦੀ ਜਗਵੇਦੀ ਦੀ ਜਿੱਥੇ ਸਾਰੀ ਬੁਰਾਈ ਨੂੰ ਆਪਾਂ ਸਮ ਕਰ ਦਿੰਦੀ ਆ ਹਾਲੇਲੂਇਆ ਸੋ ਅੱਜ ਇੱਥੇ ਗੁੱਸੇ ਨੂੰ ਛੱਡ ਜਾਣਾ ਨਾਲ ਨਹੀਂ ਲੈ ਕੇ ਜਾਣਾ ਪ੍ਰਾਰਥਨਾ ਕਰਨੀ ਕਿ ਪ੍ਰਭੂ ਮੇਰੇ ਕੋਲੋਂ ਹਰ ਪ੍ਰਕਾਰ ਦੀ ਨਫ਼ਰਤ ਚਲੀ ਜਾਏ ਜਿਹੜੀ ਫਲਾਨੇ ਲਈ ਆ ਕਿਉਂਕਿ ਤੁਸੀਂ ਜਾਣਦੇ ਆ ਤੁਸੀਂ ਕਿਹਦੇ ਕਿਹਦੇ ਨਾਲ ਗੁੱਸੇ ਆ ਔਰ ਜਦੋਂ ਤੁਹਾਡੇ ਅੰਦਰੋਂ ਕੜਵਾਹਟ ਨਿਕਲ ਜਾਊਗੀ ਆ ਚੀਜ਼ਾਂ ਜਿਹਦਾ ਵਚਨ ਜ਼ਿਕਰ ਕਰਦਾ ਫੇਰ ਤੁਹਾਡੀ ਡਿਲੀਵਰੈਂਸ ਆਊਗੀ ਫੇਰ ਤੁਹਾਡੀ ਸ਼ਿਫਾ ਆਊਗੀ ਔਰ ਜਾ ਕੇ ਕੀ ਕਰਨਾ ਆ ਫੋਨ ਕਰ ਲੈਣਾ ਉਹਨਾਂ ਨੂੰ ਕਿ ਮੈਂ ਚਾਹਨਾ ਆ ਆਪਣਾ ਪ੍ਰੇਮ ਵਧੇ ਮੈਂ ਚਾਹਨੀ ਆ ਆਪਣਾ ਪ੍ਰੇਮ ਵਧੇ ਸੋ ਜਰੂਰ ਇਤਾਂ ਕਰਿਓ ਫਿਰ ਦੇਖਿਓ ਕਿ ਅੱਜ ਦਾ ਦਿਨ ਅੱਜ ਦੀ ਰਾਤ ਕੱਲ ਦਾ ਦਿਨ ਤੁਹਾਡੀ ਲਾਈਫ ਚ ਕਿਦਾਂ ਦਾ ਆਉਂਦਾ ਹੈ ਕਿੰਨਾ ਹਲਕਾ ਫੁਲਕਾ ਤੁਸੀਂ ਫੀਲ ਕਰਨਾ ਹੈ ਕਿੰਨੀ ਖੁਸ਼ੀ ਤੁਹਾਨੂੰ ਮਹਿਸੂਸ ਹੋਣੀ ਹੈ ਕਰਕੇ ਮਾਫੀ ਦੇ ਵਿੱਚ ਛੁਟਕਾਰਾ ਆਇਆ ਤੇ ਛੁਟਕਾਰੇ ਦੇ ਵਿੱਚ ਆਨੰਦ ਆ ਹallelujah ਕਰਕੇ ਫਿਰ ਕਿਉਂ ਅਸੀਂ ਹਲਕਾ ਫੀਲ ਕਰਨਾ ਜਦੋਂ ਅਸੀਂ ਕਿਸੇ ਨਾਲ ਗੁੱਸੇ ਹੁੰਨੇ ਜਦੋਂ ਅਸੀਂ ਕ੍ਰੋਧ ਹੁੰਦਾ ਸਾਡੇ ਕੋਲ ਕੰਮ ਕਰਕੇ ਬੰਦਾ ਉਹਨਾ ਨਹੀਂ ਥੱਕਦਾ ਜਿੰਨਾ ਕਰੋਧ ਨਾਲ ਥੱਕ ਜਾਂਦਾ ਇਦਾਂ ਲੱਗਦਾ ਜਿੱਦਾਂ ਤੁਸੀਂ 50 ਕਿਲੋ ਭਾਰ ਮੋਢਿਆਂ ਤੇ ਚੱਕਿਆ ਹੋਵੇ ਕੋਈ ਬੰਦਾ ਕਿਸੇ ਨਾਲ ਗੁੱਸੇ ਹੋਵੇ ਕਦੀ ਦੇਖਿਆ ਉਹਦਾ ਮੂੰਹ ਪਲਿਸ਼ਕਾ ਮਾਰਦਾ ਚਮਕਦਾ ਪਿੱਪੜੀ ਵਰਗੇ ਹੋਏ ਹੁੰਦੇ ਉਹਨਾਂ ਦੇ ਮੂੰਹ ਕਹਤ ਇਦਾਂ ਲੱਗਦਾ ਬਹੁਤ ਟਾਇਰਡ ਬਹੁਤ ਪਹਾੜੀਆਂ ਚੜ੍ਹ ਕੇ ਆਏ ਬਹੁਤ ਭਾਰ ਚੁੱਕਿਆ ਉਹਨਾਂ ਨੇ ਕਰਕੇ ਕਰੋਧ ਦਾ ਗੁੱਸੇ ਦਾ ਨਫ਼ਰਤ ਦਾ ਭਾਰ ਬਹੁਤ ਆ ਅਰ ਜਦੋਂ ਤੁਸੀਂ ਉਹਨੂੰ ਛੱਡ ਦੇਣਾ ਤੁਸੀਂ ਹੌਲੇ ਹੋ ਜਾਣਾ ਕਿਉਂਕਿ ਫੇਕੀ ਹੋਣਾ 헤 ਥੱਕੇ ਮੰਦੇ ਤੇ ਬੋਝੇ ਠਾਂ ਦੱਬਿਓ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ ਫੇ ਪਰਮੇਸ਼ਵਰ ਨੇ ਤੁਹਾਨੂੰ ਡਿਲੀਵਰੈਂਸ ਦੇ ਦੇਣੀ ਆ ਉਸ ਬੋਝ ਤੋਂ ਆਜ਼ਾਦੀ ਦੇ ਦੇਣੀ ਪਰਮੇਸ਼ਵਰ ਨੇ ਤੁਹਾਨੂੰ ਆਰਾਮ ਦੇ ਦੇਣਾ ਆ ਸੋ ਇਸ ਲਈ ਅੱਜ ਤੁਸੀਂ ਇੱਥੇ ਹੀ ਸਾਰੇ ਗੁੱਸੇ ਨੂੰ ਛੱਡ ਕੇ ਜਾਣਾ ਆ ਤੁਹਾਨੂੰ ਪਤਾ ਬਹੁਤ ਸਾਰੀਆਂ ਬਿਮਾਰੀਆਂ ਆ ਜਿਹੜੀਆਂ ਕਰੋਧ ਦਾ ਕਰਕੇ ਲੱਗਦੀਆਂ ਇੱਕ ਸੈਂਟੀਫਿਕ ਰੀਜ਼ਨ ਆ ਇੱਕ ਵਿਗਿਆਨੀ ਤੌਰ ਤੇ ਇੱਕ ਕਾਰਨ ਆ ਜਦੋਂ ਕੋਈ ਬੰਦਾ ਬਹੁਤ ਬਿਮਾਰ ਹੁੰਦਾ ਡਾਕਟਰ ਉਹਨੂੰ ਕੀ ਕਹਿੰਦੇ ਵੀ ਜਾ ਕੇ ਰੋਈ ਜਾਵੀ ਤੂੰ ਬਹਿ ਕੇ ਫਿਰ ਤੂੰ ਬਹੁਤ ਛੇਤੀ ਚੰਗੇ ਹੋ ਜਾਣਾ ਫਿਰ ਰਿਸ਼ਤੇਦਾਰਾਂ ਨੂੰ ਵੀ ਇਦਾਂ ਕਹਿੰਦੇ ਜਿੰਨਾ ਬੋਝ ਆ ਸਾਰੀਆਂ ਬੋਝ ਵਾਲੀਆਂ ਗੱਲਾਂ ਇਹਦੇ ਲਾਗੇ ਕਰੋ ਕਹਿੰਦੇ ਇਦਾਂ ਕੀ ਕਹਿੰਦੇ ਆ ਇਹਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਇਹਦੇ ਲਾਗੇ ਕਿਸੇ ਨੇ ਦੁੱਖ ਵਾਲੀ ਗੱਲ ਨਹੀਂ ਕਰਨੀ ਇਹਦੇ ਲਾਗੇ ਖੁਸ਼ੀ ਦੀਆਂ ਗੱਲਾਂ ਕਰੋ ਉਹਨੂੰ ਵੀ ਕੀ ਕਹਿੰਦੇ ਤੂੰ ਖੁਸ਼ ਰਹਿਣਾ ਆ ਤੂੰ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਆ ਕਿਉਂ ਕਹਿੰਦੇ ਇਦਾਂ ਜਦੋਂ ਤੁਸੀਂ ਗੁੱਸੇ ਹੁੰਨੇ ਤੁਹਾਡੇ ਅੰਦਰ ਇੱਕ ਕੈਮੀਕਲ ਰੀਲੀਜ਼ ਹੁੰਦਾ ਸਾਡੇ ਆਰਗਨਸ ਦੇ ਅੰਦਰ ਇੱਕ ਕੈਮੀਕਲ ਰੀਲੀਜ਼ ਹੁੰਦਾ ਜਿਹੜਾ ਸਾਡੇ ਚੰਗੇ ਸੈੱਲਾਂ ਨੂੰ ਮਾਰ ਦਿੰਦਾ ਆ ਜਦੋਂ ਅਸੀਂ ਖੁਸ਼ ਹੁੰਨੇ ਉਦੋਂ ਵੀ ਇੱਕ ਕੈਮੀਕਲ ਰੀਲੀਜ਼ ਹੁੰਦਾ ਆ ਜਿਹੜਾ ਬੈਡ ਸੈੱਲਸ ਆ ਜਿਹੜੇ ਬੁਰੇ ਸੈੱਲ ਉਹਨਾਂ ਨੂੰ ਮਾਰ ਦਿੰਦਾ ਤੇ ਚੰਗਿਆਈ ਦਿੰਦਾ ਆ ਤੁਸੀਂ ਪਾਰਕਾਂ 'ਚ ਦੇਖਿਆ ਹੋਊਗਾ ਹੁਣ ਸਵੇਰ ਨੂੰ ਬਜ਼ੁਰਗ ਜਾਂਦੇ ਆ ਕੋਈ ਹਾਸੇ ਵਾਲੀ ਗੱਲ ਨਹੀਂ ਹੁੰਦੀ ਉਦਾਂ ਹੀ ਤਾੜੀਆਂ ਮਾਰ ਕੇ ਹਾ 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 ਕਰਨ ਦੇ ਹੁੰਦੇ ਆ ਨਕਲੀ ਹਾਸਾ ਹੱਸ ਕੇ ਅਸਲੀ ਹਾਸੇ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਆ ਕਿਉਂ ਕਰਕੇ ਉਹਨਾਂ ਦੇ ਅੰਦਰ ਜਿਹੜਾ बैड ਕੈਮੀਕਲ ਚਿੰਤਾ ਦਾ ਨਿਆਣਿਆਂ ਨੇ ਕੀ ਕੀਤਾ ਕੁੜੀਆਂ ਨਹੀਂ ਸੈੱਟ bizness ਨਹੀਂ ਸੈੱਟ ਅਲੋਨਲੀ ਲੈਸੀਆ ਉਹਨਾਂ ਨੂੰ ਇਕੱਲਾ ਬਨਿਆ ਉਹਨਾਂ ਚੀਜ਼ਾਂ ਨੂੰ ਜਿਹੜੇ ਕੈਮੀਕਲ ਉਹਨਾਂ ਦੇ ਅੰਦਰ ਰਿਲੀਜ਼ ਹੋਏ ਉਹਨਾਂ ਨੂੰ ਕਿਲ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਜੇ ਤੁਹਾਨੂੰ ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਉਹ ਰੀਜ਼ਨ ਦੇ ਦਿੱਤੇ ਤੇ ਉਹਨਾਂ ਕੈਮੀਕਲਸ ਨੂੰ ਬਣਨ ਨਾ ਦਿਓ ਉਹਨਾਂ ਕੈਮੀਕਲਸ ਨੂੰ ਪਹਿਲਾਂ ਹੀ ਖਤਮ ਕਰ ਦਿਓ ਔਰ ਸਾਰੇ ਬੁਰੇ ਕੈਮੀਕਲਸ ਨੂੰ ਖਤਮ ਕਰਨ ਦੇ ਲਈ ਇੱਕ ਵੰਡਰਫੁਲ ਕੈਮੀਕਲ ਆ ਉਹ ਆ ਪ੍ਰਭੂ ਯੇਸ਼ੂ ਮਸੀਹ ਦਾ ਜ਼ਿੰਦਾ ਲਹੂ ਇਸ ਲਈ ਉਸ ਲਹੂ ਨੂੰ ਅਪਲਾਈ ਕਰੋ ਸਾਰੇ ਬੈਡ ਕੈਮੀਕਲਸ ਖਤਮ ਹੋ ਜਾਣਗੇ ਖੁਸ਼ ਰਹੋ ਖੁਸ਼ ਰੱਖੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਤੱਕ ਪਰਮੇਸ਼ਵਰ ਦੇ ਚਾਣ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ पास्टर डोल खोजेवाला हर समय परमेश्वर ਦੇ वचन ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਪਾਸਟਰ ਡੋਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ satsang ਦਾ ਸਮਾਹ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਪ੍ਰਾਰਥਨਾ ਕਰਵਾਂ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 0182516777